ਕੀ ਲੱਗਦਾ ਜਿਹੜੇ ਕੇਂਦਰੀ ਮੰਤਰੀ ਰਹੇ ਹੈ ਹਰਸਿਮਰਤ ਬਾਦਲ, ਲਗਾਤਾਰ ਉਹਨੇ 5 ਸਾਲ ਆਪਣੇ ਹਲਕੇ ਦੇ ਵਿੱਚ ਸੇਵਾ ਵੀ ਕਰੀ ਹੋਏਗੀ, ਪਰ ਹੁਣ ਜਦੋਂ ਸਵਾਲ ਇਲੈਕਸ਼ਨ ਦਾ, ਵਿਰੋਧੀਆਂ ਦਾ ਕਹਿਣਾ ਹੈ ਕਿ ਉਹ ਘਿਰੇ ਹੋਏ ਨਜ਼ਰ ਆ ਰਹੇ ਬਠਿੰਡਾ 'ਚ? ਇਹਨਾਂ ਦੀਆਂ ਜਿਹੜੀਆਂ 10 ਸਾਲ ਦੀ ਸਰਕਾਰ ਦੀ ਕਾਰਗੁਜ਼ਾਰੀ ਹੈ ਔਰ 5 ਸਾਲ ਦੀ ਜਿਹੜੀ ਹੈ ਸੈਂਟਰ ਦੇ ਵਿੱਚ ਵਜ਼ੀਰ ਬਣ ਕੇ ਬੈਠੇ ਹੋਏ ਸੀਗੇ, ਉਹਦੀ ਕਾਰਗੁਜ਼ਾਰੀ 'ਤੇ। ਅੱਜ ਜੇ ਬਠਿੰਡੇ ਦੇ ਲੋਕ ਵੀ ਇਸ ਤਰ੍ਹਾਂ ਸੋਚਦੇ ਆ, ਜਾਂ ਮਤਲਬ ਉਹਨਾਂ 'ਤੇ ਇਹ ਕਾਂਗਰਸ ਵਾਲੇ ਐਲੀਗੇਸ਼ਨ ਲਾਉਂਦੇ ਆ ਵੀ ਉਹਨਾਂ ਨੇ ਬਠਿੰਡੇ ਲਈ ਕਰਿਆ ਕੁਛ ਨਹੀਂ, ਤਾਂ ਇਹ ਬਹੁਤ ਮਾੜੀ ਗੱਲ ਹੈਗੀ ਆ। ਨਜ਼ਰੀਆ ਦੀ ਟਵੀਟ, ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਸਵਾਗਤ। ਲੋਕ ਸਭਾ ਚੋਣਾਂ ਉਂਝ ਤਾਂ ਹਰ ਸੀਟ ਜਿਹੜੀ ਆਪਣੇ ਆਪ ਦੇ 'ਚ ਇੱਕ ਬੜੀ ਅਹਿਮੀਅਤ ਰੱਖਦੀ ਹੈ। ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਮਾਲਵੇ ਦੇ 2 ਹਲਕੇ ਜਿੱਥੇ ਅਕਾਲੀ ਦਲ ਦੀ ਲੀਡਰਸ਼ਿਪ ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਲੜ ਰਹੇ ਹੈ, ਉਹਨਾਂ ਹਲਕਿਆਂ ਦੇ ਲਈ ਦੁਨੀਆ ਭਰ 'ਚ ਬੈਠੇ ਪੰਜਾਬੀਆਂ ਦੀਆਂ ਨਜ਼ਰਾਂ ਲੱਗੀਆਂ ਹੋਈਆਂ। ਜੇ ਫਿਰੋਜ਼ਪੁਰ ਦੀ ਗੱਲ ਕਰੀਏ ਤਾਂ ਵਿਰੋਧੀਆਂ ਵੱਲੋਂ ਕਿਹਾ ਜਾ ਰਿਹਾ ਕਿ ਇੱਕ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਸੁਖਬੀਰ ਬਾਦਲ ਨੂੰ। ਜਿੱਥੋਂ ਤੱਕ ਸਵਾਲ ਹੈ ਬਠਿੰਡਾ ਦਾ, ਉਹੀ ਵਿਰੋਧੀ ਆਖਦੇ ਹੈ ਕਿ ਬਠਿੰਡਾ ਦੇ ਵਿੱਚ ਹਰਸਿਮਰਤ ਬਾਦਲ ਜਿਹੜਾ ਹੈਗਾ ਇੱਕ ਤਰ੍ਹਾਂ ਦੀ ਫਸਮੀ ਟੱਕਰ ਦਾ ਸਾਹਮਣਾ ਕਰ ਰਿਹਾ ਹੈ। ਇਹਨਾਂ ਦੋਵੇਂ ਹਲਕਿਆਂ 'ਚ ਕੈਪਟਨ ਅਮਰਿੰਦਰ ਸਿੰਘ ਜਾ ਕੇ ਜਿਹੜੇ ਹੈਗੇ ਬੇਅਦਬੀ ਦੇ ਮੁੱਦਿਆਂ ਨੂੰ ਤਾਂ ਉਭਾਰ ਹੀ ਰਹੇ ਹੈ, ਪਰ ਬੇਅਦਬੀ ਦੇ ਸਵਾਲ ਦੇ ਉੱਤੇ ਜਿਹੜੇ ਦੋਸ਼ੀ ਹੈ ਉਹਨਾਂ ਦੀਆਂ ਪੈੜਾਂ ਪਿਛਲੇ 2 ਸਾਲ 'ਚ ਨਹੀਂ ਨਪੀਆਂ ਜਾ ਸਕੀਆਂ। ਇਹਨਾਂ ਮੁੱਦਿਆਂ 'ਤੇ ਪੈਨਲ 'ਚ ਮੇਰੇ ਨਾਲ ਜਿਹੜੇ ਇਸ ਵੇਲੇ ਵਿਸ਼ੇਸ਼ ਮਹਿਮਾਨ ਜੁੜ ਚੁੱਕੇ ਨੇ, ਮਨਪ੍ਰੀਤ ਸਿੰਘ, ਬਨੀ ਸੰਧੂ ਕਾਂਗਰਸ ਪਾਰਟੀ ਦੇ ਬੁਲਾਰੇ, ਯੁਵਾ ਨੇਤਾ, ਪਹਿਲੀ ਵਾਰ ਸਾਡੇ ਚੈਨਲ 'ਤੇ ਆਏ ਹੈ, ਮੈਂ ਖਾਸ ਤੌਰ 'ਤੇ ਜੀ ਆਖਦਾ। ਸਾਡੇ ਨਾਲ ਦੂਜੇ ਮਹਿਮਾਨ ਅਮਰਦੀਪ ਸਿੰਘ ਧਾਰਨੀ, ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ, ਦੋਨੇ ਮਹਿਮਾਨਾਂ ਨੂੰ ਪਹਿਲ ਤੇ ਆਉਣ ਦੇ ਲਈ ਜੀ ਆਖਦਾ, ਵੈਲਕਮ ਕਰਦਾ। ਸੁਣ ਸਭ ਪਹਿਲਾਂ ਜਿਹੜਾ ਸਵਾਲ ਇਸੇ ਮੁੱਦੇ 'ਤੇ ਜੇ ਆਪਾਂ ਬਠਿੰਡਾ ਦੀ ਚਰਚਾ ਕਰਦੇ ਹਾਂ, ਕੀ ਲੱਗਦਾ ਜਿਹੜੇ ਕੇਂਦਰੀ ਮੰਤਰੀ ਰਹੇ ਹਰਸਿਮਰਤ ਬਾਦਲ, ਲਗਾਤਾਰ ਉਹਨੇ 5 ਸਾਲ ਆਪਣੇ ਹਲਕੇ ਦੇ ਵਿੱਚ ਸੇਵਾ ਵੀ ਕਰੀ ਹੋਏਗੀ, ਪਰ ਹੁਣ ਜਦੋਂ ਸਵਾਲ ਇਲੈਕਸ਼ਨ ਦਾ, ਵਿਰੋਧੀਆਂ ਦਾ ਕਹਿਣਾ ਹੈ ਕਿ ਉਹ ਘਿਰੇ ਹੋਏ ਨਜ਼ਰ ਆ ਰਹੇ ਬਠਿੰਡਾ 'ਚ? ਮੈਂ ਕਹਿਣਾ ਚਾਹੁੰਦਾ ਜੀ ਘਿਰੇ ਹੋਏ ਨਹੀਂ ਹੈਗੇ, ਬਹੁਤ ਜ਼ਿਆਦਾ ਘਿਰੇ ਹੋਏ ਨੇ। ਔਰ ਇੱਕ ਤਰੀਕੇ ਦਾ ਕਹਿੰਦੇ ਨੇ ਵੀ ਸ਼ੀ ਇਜ਼ ਮੀਟਿੰਗ ਹਰ ਵਾਟਰਲੂ, ਇੰਨੀ ਬੁਰੀ ਤਰ੍ਹਾਂ ਨਾਲ ਸ਼ਿਕਸਤ ਹੋਊਗੀ। ਇਹ ਸ਼ਿਕਸਤ ਹੋਊਗੀ ਇਹਨਾਂ ਦੀਆਂ ਜਿਹੜੀਆਂ 10 ਸਾਲ ਦੀ ਸਰਕਾਰ ਦੀ ਕਾਰਗੁਜ਼ਾਰੀ ਹੈ ਔਰ 5 ਸਾਲ ਦੀ ਜਿਹੜੀ ਹੈ ਸੈਂਟਰ ਦੇ ਵਿੱਚ ਵਜ਼ੀਰ ਬਣ ਕੇ ਬੈਠੇ ਹੋਏ ਸੀਗੇ, ਉਹਦੀ ਕਾਰਗੁਜ਼ਾਰੀ 'ਤੇ। 10 ਸਾਲ ਦੀ ਜਿਹੜੀ ਸਰਕਾਰ ਰਹੀ ਹੈ ਅਕਾਲੀ ਦਲ BJP ਦੀ ਪੰਜਾਬ ਦੇ ਵਿੱਚ, ਉਹਦੀਆਂ ਜਗ ਜ਼ਾਹਿਰ ਨੇ ਜਿਹੜੀਆਂ ਉਹਨਾਂ ਦੀਆਂ ਕਰਤੂਤਾਂ ਮੈਂ ਕਹੂੰਗਾ, ਖਾਸ ਤੌਰ 'ਤੇ ਬਰਗਾੜੀ ਕਾਂਡ, ਬਹਿਬਲ ਕਲਾਂ ਕਾਂਡ, ਇਹ ਜਿਹੜੀਆਂ ਬੇਅਦਬੀਆਂ ਹੋਈਆਂ ਨੇ। ਇੱਕ ਸਿੱਖ ਕੌਮ 'ਤੇ ਹਮਲਾ ਕੀਤਾ ਅਕਾਲੀ ਦਲ ਬਾਦਲ ਨੇ, ਜਿਹੜੇ ਕਿ ਸੋ ਕਾਲਡ ਪੰਥਿਕ ਨੁਮਾਇੰਦੇ ਕਹਾਉਂਦੇ ਸੀਗੇ, ਉਹਨਾਂ ਨੇ ਖੁਦ ਹੀ ਇਹ ਸਿੱਖ ਕੌਮ 'ਤੇ ਹਮਲਾ ਕੀਤਾ ਹੈ। ਇਹਨਾਂ ਨੇ ਕੋਈ ਕਸਰ ਨਹੀਂ ਛੱਡੀ ਜਿੱਥੇ ਕਿ ਕਿਸੇ ਤਰੀਕੇ ਦੀ ਕੋਈ ਲਿਹਾਜ਼ ਰੱਖੀ ਹੋਵੇ ਸਿੱਖ ਕੌਮ ਨਾਲ, ਭਾਵੇਂ ਉਹ ਕੋਈ ਵੀ ਮੁੱਦਾ ਹੈਗਾ। ਫਸਟਲੀ, ਸੈਕਿੰਡਲੀ, ਮੈਂ ਬੀਬਾ ਬਾਦਲ ਤੋਂ ਇੱਕੋ ਸਵਾਲ ਪੁੱਛਣਾ ਚਾਹੁੰਦਾ ਹੈ ਵੀ ਬੀਬਾ ਬਾਦਲ ਫੂਡ ਪ੍ਰੋਸੈਸਿੰਗ ਮਿਨਿਸਟਰ ਰਹੇ ਨੇ ਕੈਬਨਿਟ ਦੇ ਵਿੱਚ 5 ਸਾਲ, ਉਸ ਦੇ ਵਿੱਚ ਤਾਂ ਕੋਈ ਪੋਲੀਟੀਕਲ ਉਹ ਨਹੀਂ ਸੀਗੀ ਗੱਲ ਵੀ ਕਾਂਗਰਸ ਦੇ ਕਰਕੇ ਜਾਂ ਕੁਛ ਇੱਦਾਂ। ਮੈਨੂੰ ਬੀਬਾ ਬਾਦਲ ਇੱਕੋ ਗੱਲ ਦੱਸ ਦੇਣ, ਬਠਿੰਡੇ ਹਲਕੇ ਦੇ ਵਿੱਚ ਫੂਡ ਪ੍ਰੋਸੈਸਿੰਗ ਮਿਨਿਸਟਰੀ ਜਿਹੜੀ ਕਿ ਉਹਨਾਂ ਦੇ ਹੁਕਮਾਂ ਦੇ ਤਹਿਤ ਚੱਲਦੀ ਸੀ, ਜਿਹੜੇ ਉਹਨਾਂ ਦੇ ਸਿਗਨੇਚਰ ਦੇ ਥੱਲੇ ਆਰਡਰ ਹੋਣੇ ਸੀਗੇ, ਇੱਕ ਵੀ ਪ੍ਰੋਜੈਕਟ ਬਠਿੰਡੇ ਹਲਕੇ ਵਾਸਤੇ ਬੀਬਾ ਬਾਦਲ ਨੇ ਦਿੱਤਾ ਹੋਵੇ, ਬਿਲਕੁਲ ਜਿਹੜਾ ਹੈਗਾ। ਪਰ ਜਿਹੜੇ ਵਿਰੋਧੀ ਹੈਗੇ ਅਕਾਲੀ ਦਲ ਖੇਮਿਆਂ ਦੀ ਗੱਲ ਕਰਦੇ ਆ, ਉਹ ਕਹਿੰਦੇ ਕਿ ਜਿਹੜੇ ਪਿਛਲੇ 2 ਸਾਲ ਲੰਘੇ ਆ, ਕੈਪਟਨ ਅਮਰਿੰਦਰ ਵੀ ਇਹ ਦੱਸਣ ਕਿ ਉਹਨਾਂ ਨੇ ਬਠਿੰਡਾ ਦੇ ਲਈ ਕੀ ਕੀਤਾ। ਠੀਕ, ਜਿੱਥੇ ਤੱਕ ਮੈਨੂੰ ਨੌਲੇਜ ਹੈਗੀ ਹੈ, ਤਕਰੀਬਨ 700-800 ਕਰੋੜ ਰੁਪਏ ਦੇ ਕੰਮ ਬਠਿੰਡੇ ਨੂੰ ਅਲੋਟ ਹੋ ਚੁੱਕੇ ਨੇ। ਦੇਖੋ ਕਹਾਣੀ ਇਹ ਹੈਗੀ ਹੈ ਕਿ ਜਦੋਂ 2017 ਦੇ ਵਿੱਚ ਅਕਾਲੀ ਦਲ ਬਾਦਲ ਸਰਕਾਰ ਗਈ ਹੈ ਜੀ, ਇਹ ਖਜ਼ਾਨਾ ਖਾਲੀ ਨਹੀਂ ਕਰਕੇ ਗਏ, ਖਜ਼ਾਨੇ 'ਤੇ ਪੋਚਾ ਮਾਰ ਗਏ, ਬਿਲਕੁਲ ਸੁਕਾ ਕੇ ਪੋਚਾ ਮਾਰ ਕੇ ਸਾਫ਼ ਸੁਥਰਾ ਝਾੜੂ ਮਾਰ ਕੇ ਛੱਡ ਕੇ ਗਏ ਨੇ, ਇਹ ਸਭ ਨੂੰ ਪਤਾ ਹੈ। ਜਾਂਦੇ ਜਾਂਦੇ ਦੇਖੋ ਫੈਕਚੁਅਲ ਗੱਲਾਂ ਇਹ ਨੇ, 31,000 ਕਰੋੜ ਰੁਪਏ ਦਾ ਜਿਹੜਾ ਉਹ ਲਿਮਿਟ ਸੀਗੀ ਫੂਡ ਦੀ ਔਰ ਇਹਦੀ ਫੂਡ ਸਪਲਾਈ ਮਹਿਕਮੇ ਵਾਲੀ, ਉਸ ਨੂੰ ਵੋਟਾਂ ਪੈਣ ਤੋਂ ਬਾਅਦ ਅਖੀਰਲੇ 2-3 ਦਿਨਾਂ ਦੇ ਵਿੱਚ ਉਹਨੂੰ ਲੋਨ 'ਚ ਕਨਵਰਟ ਕਰਾ ਗਏ।
ਉਹਦਾ ਵਿਆਜ ਕੌਣ ਦਊਗਾ? ਉਹਦਾ ਵਿਆਜ ਪੰਜਾਬੀ ਦੇਣ, ਪੰਜਾਬ ਸਰਕਾਰ ਦੇਵੇ ਜੀ। ਖਜ਼ਾਨਾ ਖਾਲੀ ਕਰਕੇ ਗਏ ਨੇ, ਖਜ਼ਾਨੇ ਨੂੰ ਸਮੇਟਦੇ ਸਮੇਟਦੇ ਟਾਈਮ ਲੱਗਿਆ ਹੈਗਾ। ਬੈਨੀ ਸੰਧੂ ਬਿਲਕੁਲ ਵਾਜਬ ਕਿ ਖਜ਼ਾਨਾ ਖਾਲੀ ਕਰ ਗਏ, ਜਿੱਦਾਂ ਤੁਸੀਂ ਕਹਿੰਦੇ ਕਿ ਖਜ਼ਾਨਾ ਮਾਂਝ ਕੇ ਚਲੇ ਗਏ, ਪਰ 2 ਸਾਲ ਦਾ ਜਿਹੜਾ ਸਮਾਂ ਲੰਘ ਗਿਆ ਉਹ 2 ਸਾਲ ਦੇ ਲਈ ਜਵਾਬਦੇਹ ਤਾਂ ਹੋਣਾ ਪਏਗਾ। ਬਿਲਕੁਲ ਜੀ ਬਿਲਕੁਲ, ਲੋਕਾਂ ਦੀ ਕਚਹਿਰੀ 'ਚ ਖੜ੍ਹੇ ਹੈ, ਕੋਈ ਇਹਦੇ 'ਚ ਡਰ ਨਹੀਂ, ਕੋਈ ਉਹ ਨਹੀਂ, ਸਾਫ਼ ਸੁਥਰੇ ਐਨ ਬਿਲਕੁਲ ਟਰਾਂਸਪੇਰੈਂਸੀ ਨਾਲ ਲੋਕਾਂ ਦੇ ਵਿੱਚ ਕੈਪਟਨ ਸਾਹਿਬ ਨੇ ਆਪਣੀ ਗੱਲਾਂ ਰੱਖੀਆਂ ਨੇ। ਅੱਜ ਵੀ ਬਠਿੰਡੇ ਸਰਦੂਲਗੜ੍ਹ ਸੀਗੇ ਕੈਪਟਨ ਸਾਹਿਬ, ਬਿਲਕੁਲ ਉਹਨਾਂ ਨੇ ਸਾਰੀ ਗੱਲ ਉੱਥੇ ਵਿਸਤਾਰ ਨਾਲ ਲੋਕਾਂ ਦੇ ਸਾਹਮਣੇ ਰੱਖੀ ਹੈ ਕਿ ਮੈਨੂੰ ਇਹ ਖਜ਼ਾਨੇ ਦੇ ਵਿੱਚ ਆਹ ਕਮੀਆਂ ਕਰਕੇ ਗਏ ਨੇ। ਦੇਖੋ ਕਰਜ਼ਾ ਮਾਫੀ ਸ਼ੁਰੂ ਹੋ ਗਈ ਹੈ, 5 ਸਾਲ ਦੇ ਵਿੱਚ ਜੋ ਵਾਅਦੇ ਨੇ ਕੈਪਟਨ ਸਾਹਿਬ ਨੇ ਕੀਤੇ ਉਹ ਪੂਰੇ ਹੋਣਗੇ। ਮੈਨੂੰ ਚਲੋ ਆਪਾਂ ਮੁੱਦਿਆਂ ਦੇ ਉੱਤੇ, ਮੈਨੂੰ ਯਾਦ ਹੈ, ਮੈਨੂੰ ਇੱਕ ਸੈਕਿੰਡ ਹੋਰ ਲਊਂਗਾ, ਮੈਨੂੰ ਯਾਦ ਹੈ ਜਦੋਂ ਸਰਕਾਰ 2017 'ਚ ਬਣੀ ਹੈ, ਜਿਹੜੇ ਓਪੋਜੀਸ਼ਨ ਵਾਲੇ ਸੀਗੇ, ਆਮ ਆਦਮੀ ਪਾਰਟੀ ਹੋ ਗਈ ਜਾਂ ਜੋ ਵੀ, ਇਹ ਸਾਨੂੰ ਵੱਢ ਖਾਣ ਨੂੰ ਪੈਂਦੇ ਸੀਗੇ ਵੀ ਤੁਸੀਂ ਕਰਜ਼ਾ ਮਾਫੀ ਕਰੋ, ਕਰਜ਼ਾ ਮਾਫੀ ਹੋਣੀ ਨਹੀਂ, ਹੋਣੀ ਨਹੀਂ, ਹੋਣੀ ਨਹੀਂ। ਅਸੀਂ ਇਹੀ ਕਹਿੰਦੇ ਰਹੇ, ਉੱਦਣ ਵੀ 2017 'ਚ ਵੀ ਇਹੀ ਕਹਿੰਦੇ ਸੀਗੇ ਵੀ ਇਹ ਬਹੁਤ ਜਲਦ ਸ਼ੁਰੂ ਕਰ ਦਾਂਗੇ, ਹਰ ਚੀਜ਼ ਨੂੰ ਥੋੜ੍ਹਾ ਜਿਹਾ ਕੰਸੋਲੀਡੇਟ ਕਰਨ ਨੂੰ ਟਾਈਮ ਲੱਗ ਜਾਵੇ। ਚਲੋ ਤੁਹਾਡਾ ਜਿਹੜਾ ਹੈਗਾ ਪਹਿਲੇ ਕਰਜ਼ੇ ਮਾਫ ਹੋ ਗਏ, ਅਗਲੇ ਸ਼ੁਰੂ ਹੋ ਜਾਣ ਜੀ। ਬਿਲਕੁਲ ਸਮਾਂ ਦੱਸੇਗਾ। ਧਾਰਨੀ ਸਾਹਿਬ, ਜਿਸ ਮੁੱਦੇ 'ਤੇ ਗੱਲ ਕਰ ਰਹੇ ਹਾਂ, ਖਾਸ ਤੌਰ 'ਤੇ ਹਰਸਿਮਰਤ ਬਾਦਲ ਬਾਰੇ ਜਿਹੜੇ ਇਹਨਾਂ ਨੇ ਚੇਚੇ ਤੌਰ 'ਤੇ ਗੱਲ ਕਹੀ ਹੈ ਕਿ ਉਹ ਬੁਰੀ ਤਰ੍ਹਾਂ ਉਸ ਲੜਾਈ ਦੇ 'ਚ ਫਸੇ ਆ ਬਠਿੰਡਾ 'ਚ ਲੋਕ ਸਭਾ ਦੀ ਚੋਣ ਨੂੰ ਲੈ ਕੇ। ਦੇਖੋ ਇਹ ਕਾਂਗਰਸ ਦੇ ਵਕਤਾ ਹੈਗੇ ਆ, ਇਹਨਾਂ ਨੇ ਕਾਂਗਰਸ ਦੇ ਹੱਕ ਦੇ ਵਿੱਚ ਕੁਛ ਤਾਂ ਕਹਿਣਾ ਹੀ ਹੈ, ਜੀ ਜੀ, ਸੁਭਾਵਕ ਬਣਦਾ ਹੈਗਾ। ਮੈਂ ਸਿੰਪਲ ਗੱਲ ਕਰਦਾ ਕਿ ਜੇ ਇਹਨਾਂ ਨੇ ਬਹੁਤ ਜ਼ਿਆਦਾ ਲੋਕਾਂ ਦੀ ਡਿਵੈਲਪਮੈਂਟ ਕੀਤੀ ਵੀ ਸੀ, ਲੋਕਾਂ ਦੇ ਵਿੱਚ ਬਹੁਤ ਵਿਚਰੇ ਸੀ, ਤਾਂ ਕਿਆ ਕਾਰਨ ਹੋਇਆ ਕਿ ਬਠਿੰਡਾ ਦੇ ਵਿੱਚ ਇਹਨਾਂ ਕੋਲ MP ਦਾ ਕੋਈ ਕੈਂਡੀਡੇਟ ਇਹ ਹੈ ਨਹੀਂ ਸੀ? ਇਹ ਤਾਂ ਇਹਨਾਂ ਨੇ ਤਾਂ ਇੰਨੇ ਕੰਮ ਗਿਣਾ ਤੇ, ਇੰਨੇ ਕੰਮ ਇਹਨਾਂ ਦੇ ਕਰੇ ਵੇ ਹੈਗੇ ਆ, ਇਹ ਤਾਂ ਜਿਹਨੂੰ ਮਰਜ਼ੀ ਖੜਾ ਦਿੰਦੇ ਉਹੀ ਜਿੱਤ ਜਾਣਾ ਸੀ, ਕਿਉਂਕਿ ਸਾਡੀ ਤਾਂ ਮੁਖਾਲਫਤ ਇੰਨੀ ਹੈਗੀ ਹੈ, ਇਹ ਕਹਿ ਰਹੇ ਆ। ਸੋ ਮੇਰਾ ਕਹਿਣ ਦਾ ਭਾਵ ਇਹ ਹੈਗਾ, ਦੇਖੋ ਬੀਬੀ ਹਰਸਿਮਰਤ ਬਾਦਲ, ਮੇਰਾ ਖਿਆਲ ਤੁਸੀਂ ਮੀਡੀਆ ਵਾਲੇ ਜ਼ਿਆਦਾ ਦੇਖਦੇ ਰਹਿੰਦੇ ਆ, ਇੱਕ ਵੀ ਦਿਨ 5 ਸਾਲ ਦੇ ਵਿੱਚ ਇਹੋ ਜਿਹਾ ਨਹੀਂ ਸੀ ਜਿਸ ਦਿਨ ਉਹ ਬਠਿੰਡੇ ਦੇ ਵਿੱਚ ਨਹੀਂ ਸੀ, ਬਠਿੰਡੇ ਦੇ ਲੋਕਾਂ ਦੇ ਵਿੱਚ ਨਹੀਂ ਸੀ। ਏਮਸ ਲਈ ਉਹਨਾਂ ਨੇ ਕਿੰਨਾ ਤਰੱਦਦ ਕੀਤਾ, ਉਹਦੇ ਪਿੱਛੇ ਉਹਨਾਂ ਨੂੰ ਕਿੰਨੀਆਂ ਕਿੰਨੀਆਂ ਲੜਾਈਆਂ ਲੜਨੀਆਂ ਪਈਆਂ। ਔਰ ਅੱਜ ਜੇ ਬਠਿੰਡੇ ਦੇ ਲੋਕ ਵੀ ਇਸ ਤਰ੍ਹਾਂ ਸੋਚਦੇ ਆ, ਜਾਂ ਮਤਲਬ ਉਹਨਾਂ 'ਤੇ ਇਹ ਕਾਂਗਰਸ ਵਾਲੇ ਐਲੀਗੇਸ਼ਨ ਲਾਉਂਦੇ ਆ ਵੀ ਉਹਨਾਂ ਨੇ ਬਠਿੰਡੇ ਲਈ ਕਰਿਆ ਕੁਛ ਨਹੀਂ, ਤਾਂ ਇਹ ਬਹੁਤ ਮਾੜੀ ਗੱਲ ਹੈਗੀ ਹੈ। ਦੇਖੋ ਬੀਬੀ ਹਰਸਿਮਰਤ ਕੌਰ ਬਾਦਲ ਉਹ MP ਹੈਗੇ ਆ ਜਿਨ੍ਹਾਂ ਨੇ ਲੋਕਾਂ ਦੇ ਵਿੱਚ ਨੰਨੀ ਛਾਂ ਦੇ ਜ਼ਰੀਏ ਲੋਕਾਂ ਦੇ ਵਿੱਚ ਸਲਾਈ ਸੈਂਟਰ ਸ਼ੁਰੂ ਕੀਤੇ, ਬੱਚਿਆਂ ਜਿਹੜੀਆਂ ਖਾਸ ਤੌਰ 'ਤੇ ਬੀਬੀਆਂ ਹੈਗੀਆਂ ਉਹਨਾਂ ਦੇ ਕੰਮ ਨੂੰ ਜਿਹੜਾ ਹੈਗਾ ਕਿ ਤਾਂ ਕਿ ਉਹ ਸੈਲਫ ਡਿਪੈਂਡੈਂਟ ਹੋ ਸਕਣ, ਇੰਨੀ ਕੰਮ ਕੀਤੇ ਕਿ ਮਤਲਬ ਅੱਜ ਇਸ ਤਰ੍ਹਾਂ ਦੀਆਂ ਗੱਲਾਂ ਕਰਦੀਆਂ। ਇਹ ਦੂਜੀ ਗੱਲ ਇਹ ਹੈਗੀ ਆ, ਕੋਈ ਰੌਲਾ ਪਾਉਣ ਦੇ ਨਾਲ ਕੋਈ ਜਿੱਤ ਜਾਂ ਹਾਰ ਨਹੀਂ ਹੁੰਦੀ ਹੈਗੀ, ਇਹਨਾਂ ਦੇ ਕਹਿਣ ਦੇ ਨਾਲ ਇਹ ਚੀਜ਼ਾਂ 'ਚ ਫਰਕ ਨਹੀਂ ਪੈਣੇ ਹੈਗੇ। ਵੋਟਾਂ ਲੋਕਾਂ ਨੇ ਪਾਉਣੀਆਂ ਔਰ ਲੋਕਾਂ ਦੇ ਵਿੱਚ ਉਹ ਵਿਚਰਦੇ ਰਹੇ ਆ, ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾਉਣੀਆਂ ਹਨ, ਅਤੇ ਪਤਾ ਜਿਹੜਾ ਹੈਗਾ 23 ਤਰੀਕ ਨੂੰ ਸਭ ਦੇ ਸਾਹਮਣੇ ਆ ਜੀ। ਤਰਨੀ ਸਾਹਿਬ, ਇਸ 'ਤੇ ਇੱਕ ਸਵਾਲ ਜਿਹੜਾ, ਜਿੱਦਾਂ ਤੁਸੀਂ ਕਹਿ ਰਹੇ ਬਿਲਕੁਲ ਲੋਕਾਂ ਨੇ ਫੈਸਲਾ ਕਰਨਾ, ਜਦੋਂ ਆਪਾਂ ਉੱਥੋਂ ਦੇ ਸੀਨ ਦੀ ਗੱਲ ਕਰਦੇ ਹਾਂ, ਦੇਖੋ ਜਿਹੜੇ ਸੀਨੀਅਰ ਲੀਡਰਸ਼ਿਪ ਬਿਕਰਮ ਸਿੰਘ ਮਜੀਠੀਆ ਉਹ ਲਗਾਤਾਰ ਬਠਿੰਡਾ ਦੇ 'ਚ ਬੈਠੇ ਹੈ, ਅੱਜ ਵੀ ਜਿਹੜਾ ਹੈਗਾ ਉਹ ਕਿਸੇ ਨਾ ਕਿਸੇ ਹਲਕੇ 'ਚ ਉੱਥੇ ਗੱਲ ਕਰ ਰਹੇ ਹੈ। ਇੱਦਾਂ ਹੀ ਜਿਹੜਾ ਸੁਖਬੀਰ ਬਾਦਲ ਦੀ ਗੱਲ ਕਰੀਏ ਤਾਂ ਉਹ ਵੀ ਅੱਜ ਮਾਨਸਾ ਦੇ ਵਿੱਚ ਜਿਹੜਾ ਕਿਸੇ ਰੈਲੀ ਨੂੰ ਸੰਬੋਧਨ ਕਰ ਰਿਹਾ। ਅਗਲੇ ਦਿਨਾਂ ਜਿਹੜਾ ਲਗਾਤਾਰ 3 ਜਾਂ 4 ਦਿਨ ਜਿਹੜੇ ਹੈਗੇ ਵੱਡੇ ਬਾਦਲ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੇ ਦੌਰੇ ਹੈਗੇ ਹੈ, ਉਸੇ ਬਠਿੰਡਾ ਹਲਕੇ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆ ਰਿਹਾ, ਉਸੇ ਹਲਕੇ 'ਚ ਕਿਹਾ ਜਾ ਰਿਹਾ ਕਿ ਸਨੀ ਦਿਓਲ ਹੋ ਰਿਹਾ। ਇਸ ਤੋਂ ਲੱਗਦਾ ਨਹੀਂ ਕਿ ਜਿਹੜਾ ਸਨੀ ਦਿਓਲ ਪ੍ਰਧਾਨ ਮੰਤਰੀ, ਦੂਜੇ ਲੱਗਦਾ ਕਿ ਵੀ ਅਕਾਲੀ ਦਲ ਕਾਫੀ ਟਫ ਉੱਥੇ ਆਪਣੇ ਆਪ ਨੂੰ ਮਹਿਸੂਸ ਕਰ ਰਿਹਾ ਉਸ ਲੜਾਈ 'ਚ। ਨਹੀਂ ਨਹੀਂ, ਦੇਖੋ ਗੱਲ ਇਹ ਹੈਗਾ ਜੀ, ਜਦੋਂ ਇਲੈਕਸ਼ਨ ਹੁੰਦੀ ਹੈ ਨਾ ਜਿਹੜੀ, ਐਵਰੀਥਿੰਗ ਇਜ਼ ਫੇਅਰ ਇਨ ਲਵ ਐਂਡ ਵਾਰ ਵਾਲੀ ਗੱਲ ਹੁੰਦੀ ਹੈ ਜੀ। ਇਹ ਅੱਜ ਜਿਹੜੀ ਹੈਗੀ ਹੈ ਇਹ ਇਨਸਾਫ ਦੀ ਔਰ ਬੇਇਨਸਾਫੀ ਦੀ ਲੜਾਈ 'ਤੇ ਜਿਹੜਾ ਹੈਗਾ ਕੰਮ ਪਹੁੰਚਿਆ ਵਾ ਹੈਗਾ। ਜਦੋਂ ਬੀਬੀ ਹਰਸਿਮਰਤ ਕੌਰ ਬਾਦਲ ਨੇ, ਹਾਲੇ ਪੇਪਰ ਨਹੀਂ ਸੀ ਭਰੇ, ਦੋਵੇਂ ਸੀਟਾਂ ਅਨਾਊਂਸ ਨਹੀਂ ਸੀ ਹੋਈਆਂ, ਚਾਹੇ ਫਿਰੋਜ਼ਪੁਰ ਦੀ ਲਾ ਲਓ ਚਾਹੇ ਬਠਿੰਡੇ ਦੀ ਲਾ ਲਓ, ਤੁਸੀਂ ਕਾਂਗਰਸ ਦੇ, ਆਮ ਆਦਮੀ ਪਾਰਟੀ ਦੇ, ਜਿਹੜੇ ਆ ਦੂਸਰੇ ਹੈਗੇ ਆ ਪੰਜਾਬ ਏਕਤਾ ਪਾਰਟੀ ਦੇ, ਕਿੱਡੇ ਕਿੱਡੇ ਦਮ ਗਜੇ ਸ਼ੁਰੂ ਹੋ ਗਏ ਸੀ। ਹਰੇਕ ਬੰਦਾ ਕਹਿੰਦਾ ਸੀ ਮੈਂ ਜਾ ਕੇ ਬਠਿੰਡੇ ਤੋਂ ਇਲੈਕਸ਼ਨ ਲੜੂ, ਮੈਂ ਜਾ ਕੇ ਬਠਿੰਡੇ ਤੋਂ, ਔਰ ਤੁਸੀਂ ਉਹਦੇ ਵਿੱਚ ਦੇਖਿਆ
ਕਿ ਸੁਖਪਾਲ ਸਿੰਘ ਖਹਿਰਾ ਉਹਨੀ ਜਾ ਕੇ ਬਠਿੰਡੇ ਤੋਂ ਖੜੇ ਵੀ ਹੋਗੇ। ਉਹੀ ਸੁਖਪਾਲ ਸਿੰਘ ਖਹਿਰਾ ਜਿਹੜੇ ਏਮਜ਼ ਨੂੰ ਖਿੱਚ ਕੇ ਆਪਣੇ ਉੱਥੇ ਲਿਜਾਣਾ ਚਾਹੁੰਦੇ ਸੀ ਪਲੱਥ ਦੇ ਵਿੱਚ, ਉਹੀ ਬਾਅਦ ਦੇ ਵਿੱਚ ਬਠਿੰਡੇ ਦੇ ਵਿੱਚ, ਮਤਲਬ ਇਹ ਜਿਹੜਾ ਹੈਗਾ ਲੀਡਰਾਂ ਦਾ ਕਿਰਦਾਰ ਹੈਗਾ। ਜਦੋਂ ਇੱਕ ਪ੍ਰੈਸ਼ਰ ਇਸ ਤਰ੍ਹਾਂ ਦਾ ਬਣਾਉਣਾ ਸ਼ੁਰੂ ਕਰਤਾ ਉੱਥੇ ਬਠਿੰਡਾ ਔਰ ਫਿਰੋਜ਼ਪੁਰ ਹਲਕੇ ਦੇ ਵਿੱਚ ਜੀ, ਤਾਂ ਨੈਚੁਰਲੀ ਹੈ ਜਦੋਂ ਮਤਲਬ ਕੋਈ ਇਸ ਤਰ੍ਹਾਂ ਦੀ ਜਦੋਂ ਇੱਕ ਲੜਾਈ ਸ਼ੁਰੂ ਹੋ ਗਈ ਉਸ ਲੜਾਈ ਦੇ ਵਿੱਚ ਫਿਰ ਸਭ ਕੁਝ ਜਾਇਜ਼ ਜੀ। ਸੰਧੂ ਸਾਹਿਬ ਧਾਰਨੇ ਸਾਹਮਣੇ ਜੇ 5 ਸਾਲ ਦੇ ਵਿੱਚ ਇਹਨਾਂ ਦੀ ਬੀਬਾ ਜੀ ਦੇ ਇੰਨੇ ਕੰਮ ਕੀਤੇ ਹੁੰਦੇ ਤਾਂ ਪਰਸੋਂ ਇਹਨਾਂ ਨੂੰ ਇੱਕ ਵੀਡੀਓ ਵਾਇਰਲ ਹੋ ਰਹੀ ਸੀਗੀ ਜਿਹੜੇ ਕਿ ਭੁੱਲਰ ਭਾਈਚਾਰੇ ਵਾਲਿਆਂ ਨੇ ਕੋਈ ਉੱਥੇ ਗੱਲ ਕੀਤੀ ਸੀਗੀ ਰੋਜ਼ ਗਾਰਡਨ ਦੇ ਵਿੱਚ, ਉਹਨਾਂ ਨੇ ਕੋਈ ਇਲਜ਼ਾਮਬਾਜ਼ੀ ਨਹੀਂ ਕੀਤੀ, ਉਹਨਾਂ ਨੇ ਤਾਂ ਇੱਕ ਸਿੰਪਲ ਖੜੇ ਹੋ ਕੇ ਸਰਦਾਰ ਜੀ ਸੀਗੇ ਉਹਨਾਂ ਨੇ ਗੱਲ ਕਹੀ ਸੀਗੀ ਕਿ ਮੈਨੂੰ ਬੀਬਾ ਜੀ ਕੋਈ ਸਵਾਲ ਤੁਹਾਨੂੰ ਪੁੱਛਣੇ ਨੇ ਸਵਾਲ ਦੇ ਜਵਾਬ ਦੇ ਦਿਓ, ਤੇ ਬੀਬਾ ਸਵਾਲਾਂ ਤੋਂ ਭੱਜ ਗਈ ਕਹਿੰਦੀ ਮੈਂ ਤਾਂ ਇੱਥੇ ਵੋਟਾਂ ਪਾਉਣੀਆਂ ਨੇ ਮੈਂ ਸਵਾਲ ਜਵਾਬ ਨਹੀਂ ਕਰਦੀ। ਇਹ ਦੱਸੋ ਜੇ ਇੰਨੀ ਗੱਲ ਹੁੰਦੀ ਜੇ ਇਹਨਾਂ ਨੇ ਕੰਮ ਕੀਤੇ ਹੁੰਦੇ ਔਰ ਇਹਨਾਂ ਨੂੰ ਇੰਨਾ ਕੋਨਫੀਡੈਂਸ ਹੁੰਦਾ ਤਾਂ ਇਹਨਾਂ ਨੇ ਕੰਮ ਕੀਤੇ ਹੁੰਦੇ ਲੋਕਾਂ ਦੇ ਤੇ ਜਵਾਬ ਦੇ ਦਿੰਦੇ ਜੀ ਜੀ। ਪਹਿਲੀ ਗੱਲ, ਦੂਸਰੀ ਗੱਲ, ਬਠਿੰਡਾ ਸੀਟ ਤੋਂ ਜੇ ਇਹ ਇੰਨੇ ਸ਼ੋਰ ਸੀਗੇ ਤੇ ਵਾਈ ਵਰ ਦੇ ਵੇਟਿੰਗ ਫੋਰ ਦੀ ਅਨਾਊਂਸਮੈਂਟ ਆਫ ਦੀ ਕੈਂਡੀਡੇਟ? ਓਕੇ ਸੰਧੂ ਸਾਹਿਬ, ਤੁਹਾਡੀ ਗੱਲ ਇਨ ਦੀ ਲਾਸਟ ਡੇ ਜੀ, ਤੁਹਾਡੀ ਗੱਲ ਆ ਗਈ, ਆਪਾਂ ਜਵਾਬ ਲੈਣੇ। ਤਾਰਨੀ ਸਾਹਿਬ ਦੇਖੋ, ਬੜੀ ਵਧੀਆ ਹੋ ਗਿਆ ਇਹਨਾਂ ਨੇ, ਸੰਧੂ ਸਾਹਿਬ ਨੇ ਆਪੇ ਗੱਲ ਕਰ ਲਈ। ਬੀਬਾ ਹਰਸਿਮਰਤ ਕੌਰ ਲੰਘੇ ਜਾ ਰਹੇ ਸੀ, ਕਿਸੇ ਨੇ ਕਿਹਾ ਕਿ ਅਸੀਂ ਤੁਹਾਡੇ ਕੁਐਸਚਨ ਪੁੱਛਣਾ ਚਾਹੁੰਦੇ ਹਾਂ, ਠੀਕ ਹੈ, ਫੇਰ। ਔਰ ਇਹ ਜਦੋਂ ਕੋਈ ਕੈਂਡੀਡੇਟ ਹੁੰਦਾ ਨਾ, ਉਸ ਨੂੰ ਇਸ ਚੀਜ਼ ਦੀ ਸਮਝ ਆ ਜਾਂਦੀ ਹੈ ਵੀ ਕੀ ਪ੍ਰੋਜੈਕਟ ਕੀਤੇ ਹੋਏ ਬੰਦੇ ਹੈਗੇ ਆ ਜਾਂ ਮਤਲਬ ਆਮ ਜਿਹੜੇ ਲੋਕ ਹੈਗੇ ਆ। ਓਕੇ, ਤੁਹਾਨੂੰ ਲੱਗਦਾ ਕਿ ਤੈਸ਼ੁਦਾ ਪ੍ਰੋਗਰਾਮ ਦੀ ਨਾ ਆਇਓ ਹੈ ਜੀ, ਕਿਉਂ ਤੈਸ਼ੁਦਾ ਪ੍ਰੋਗਰਾਮ ਦੀ ਜਵਾਬ ਹੈ ਨਹੀਂ, ਮੈਂ ਤੁਹਾਨੂੰ ਜਵਾਬ ਹੈ ਨਹੀਂ, ਮੈਂ ਜਵਾਬ ਦਿੰਦਾ ਜੀ। ਇਧਰ ਨੂੰ ਭੱਜ ਸੰਧੂ ਸਾਹਿਬ, ਦੇਖੋ ਮੈਂ ਬੋਲਦਾ ਤਾਂ ਹੈ ਨਹੀਂ ਤੁਹਾਡੇ ਉਹਦੇ ਵਿੱਚ ਜਦੋਂ ਤੁਸੀਂ ਬੋਲਦੇ। ਓਕੇ ਓਕੇ, ਅਸੀਂ ਉਹਨਾਂ ਨੂੰ ਇੰਨੀ ਉਹ ਗੱਲ ਕਹੀ ਹੈ ਨਾ ਵੀ ਇਹ ਦੇਖੋ ਇਹ ਵੋਟਾਂ ਪਾਉਣ ਦਾ ਟਾਈਮ ਹੈਗਾ, ਇਹ ਜਿਹੜਾ ਹੈਗਾ ਇਹ 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 ਜਵਾਬ ਦੇਣ ਦਾ ਟਾਈਮ ਨਹੀਂ, ਇੰਨੀ ਉਹ ਗੱਲ ਕਹੀ ਹੈ। ਅਸੀਂ ਚਪੇੜਾਂ ਤਾਂ ਨਹੀਂ ਮਾਰੀਆਂ ਕਿਸੇ ਦੇ, ਅਸੀਂ ਕਿਸੇ ਨੂੰ ਦੇਖੋ ਤਾਂ ਨਹੀਂ, ਤੁਹਾਡਾ ਜਵਾਬ ਆ ਗਿਆ। ਬੀਬੀ ਪੱਠਲ ਇੰਨੇ ਸੀਨੀਅਰ ਲੀਡਰ ਸੀਐਮ ਦੇ ਮਤਲਬ ਜਿਹੜੇ ਹੈਗੇ ਆ ਉਹ ਰਹੇ ਹੈਗੇ ਆ, ਸੀਐਮ ਰਹੇ ਹੈਗੇ ਆ, ਇੱਕ ਐਮਟੈਕ ਬੱਚੇ ਨੇ ਜੇ ਉਹਨਾਂ ਨੂੰ ਕੁਐਸਚਨ ਕਰ ਲਿਆ ਤਾਂ ਕੀ ਉਹਨਾਂ ਦੇ ਚਪੇੜ ਮਾਰਨੀ ਆ? ਦੂਜੀ ਪੰਜਾਬ ਦੇ ਅਮਨ ਕਾਨੂੰਨ ਦੀ ਸਥਿਤੀ ਤੇ ਅੱਗੇ ਅੱਗੇ ਤੁਸੀਂ ਉਹਨਾਂ ਦੇ ਜਿਹੜੇ ਰਾਈਵਲ ਕੈਂਡੀਡੇਟ ਖੜੇ ਹੈਗੇ ਆ ਰਾਜਾ ਵੜਿੰਗ ਜੀ, ਆਪਾਂ ਮੁੜ ਕੇ ਗੱਲ ਕਰਦੇ ਆਪਾਂ ਲੈਂਦੇ ਹਾਂ ਛੋਟੀ ਜਿਹੀ ਬ੍ਰੇਕ, ਬ੍ਰੇਕ ਤੋਂ ਬਾਅਦ ਬਠਿੰਡਾ ਦੇ ਜਿਹੜੇ ਲੋਕ ਸਭਾ ਦੇ ਹਲਕੇ ਤੇ ਆ ਰਹੇ ਹਾਂ ਵਾਪਸ। ਨਜ਼ਰੀਆ ਦੀ ਡਿਬੇਟ, ਦਰਸ਼ਕਾਂ ਦਾ ਸਵਾਗਤ। ਤਾਨੀ ਸਾਹਿਬ, ਬ੍ਰੇਕ ਤੋਂ ਪਹਿਲਾਂ ਤੁਸੀਂ ਉਸ ਮੁੱਦੇ 'ਤੇ ਜਵਾਬ ਦੇ ਰਹੇ ਸੀ ਕਿ ਕਿਸ ਤਰੀਕੇ ਦੇ ਨਾਲ ਅਕਾਲੀਆਂ ਨੂੰ ਜਿਹੜਾ ਹੈਗਾ ਘੇਰਿਆ ਜਾਏ ਬਠਿੰਡਾ ਅਤੇ ਫਿਰੋਜ਼ਪੁਰ ਦੇ ਹਲਕਿਆਂ 'ਚ। ਨਹੀਂ ਦੇਖੋ, ਅਕਾਲੀਆਂ ਨਹੀਂ ਘੇਰਿਆ ਜਾ ਰਿਹਾ। ਦੇਖੋ, ਇੱਕ ਨਾ ਨਵਾਂ ਟਰੈਂਡ ਸਟਾਰਟ ਹੋ ਗਿਆ। ਦੇਖੋ, ਲੋਕਾਂ ਦੀ ਚਾਹੇ ਇਹਨੂੰ ਅਵੇਅਰਨੈਸ ਕਹਿ ਲਓ, ਚਾਹੇ ਇਹ ਕਹਿ ਲਓ ਕਿ ਸਮਟਾਈਮਸ ਇਟਸ ਅ ਗੁੱਡ ਮਤਲਬ ਟਰੈਂਡ ਜੀ, ਸਮਟਾਈਮਸ ਸਮ ਮਤਲਬ ਜਿਹੜੇ ਹੈਗੇ ਆ ਸ਼ਰਾਰਤੀ ਲੋਕ ਜਿਹੜੇ ਹੈਗੇ ਆ ਪ੍ਰੋਜੈਕਟ ਕਰਕੇ ਜਿਹੜਾ ਹੈਗਾ ਕਿਸੇ ਦੀ ਬੇਇੱਜ਼ਤੀ ਕਰਾਉਣ ਵਾਸਤੇ ਭੇਜੇ ਜਾਂਦੇ ਹੈਗੇ ਆ। ਦੇਖੋ, ਜਿਹੜੇ ਵੀ ਲੀਡਰਸ ਜਾਂਦੇ ਹੈਗੇ ਆ, ਜਿਵੇਂ ਉਹਦਾ ਜਵਾਬ ਜਿਹੜਾ ਹੈਗਾ ਕੈਂਡੀਡੇਟ ਆਪਣੇ ਤਰੀਕੇ ਨਾਲ ਦਿੰਦਾ, ਜਿਵੇਂ ਬੀਬੀ ਪੱਠਲ ਨੂੰ ਉਹਨੇ ਕੁਐਸਚਨ ਕੀਤਾ, ਬੀਬੀ ਪੱਠਲ ਕਹਿੰਦੇ ਮੈਨੂੰ ਤੰਗ ਕਰਦਾ ਸੀ ਇਸ ਕਰਕੇ ਚਪੇੜ ਮਾਰੀ ਹੈ। ਦੇਖੋ, ਬੜਾ ਸਿੰਪਲ ਕੁਐਸਚਨ ਆ, ਵਾਇਲੈਂਸ ਇਜ਼ ਵਾਇਲੈਂਸ, ਜਿੱਥੇ ਵੀ ਹੈਗੀ ਆ, ਚਾਹੇ ਉਹ ਕੋਈ ਕਰਦਾ, ਚਾਹੇ ਉਹ ਪ੍ਰਧਾਨ ਮੰਤਰੀ ਕਰਦਾ, ਚਾਹੇ ਉਹ ਮੁੱਖ ਮੰਤਰੀ ਕਰਦਾ, ਚਾਹੇ ਸਾਬਕਾ ਮੁੱਖ ਮੰਤਰੀ ਕਰਦਾ। ਜੇ ਕੇਜਰੀਵਾਲ ਦੇ ਥੱਪੜ ਮਾਰਨ ਵਾਲੇ ਦੇ ਖਿਲਾਫ਼ ਪੁਲਿਸ ਕਾਰਵਾਈ ਕੀਤੀ ਜਾਂਦੀ ਹੈ ਤਾਂ ਕਿਉਂ ਨਹੀਂ ਬੀਬੀ ਪੱਠਲ ਦੇ ਖਿਲਾਫ਼ ਕੋਈ ਕਾਰਵਾਈ, ਅੱਜ ਤੱਕ ਕੋਈ DDR FIR ਜਾਂ ਵਿਦਇਨ ਦਾ ਪਾਰਟੀ ਉਹਦੇ ਖਿਲਾਫ਼ ਕੋਈ ਇਸ ਤਰ੍ਹਾਂ ਦੀ ਕਾਰਵਾਈ ਹੋਈ? ਉਸ ਤੋਂ ਬਾਅਦ ਇਸ ਤਰ੍ਹਾਂ ਦੇ ਕੁਐਸਚਨ ਜਿਹੜੇ ਹੈਗੇ ਆ ਉਹ ਰਾਜਾ ਵੜਿੰਗ ਜੀ ਨੂੰ ਕਰੇ ਗਏ, ਸਟੇਜ ਤੋਂ ਕੀਤੇ ਗਏ, ਸਟੇਜ 'ਤੇ ਜਾ ਕੇ ਇੱਕ ਬੀਬੀ ਨੇ, ਔਰ ਫਿਰ ਵੜਿੰਗ ਸਾਹਿਬ ਦੇ ਜਿਸ ਤਰ੍ਹਾਂ ਦੇ ਉਹਦੇ ਨਾਲ ਐਕਸ਼ਨ ਸੀ, ਜਿਸ ਤਰ੍ਹਾਂ ਉਹ ਗੱਲ ਕਰ ਰਹੇ ਸੀ,
ਤੇ ਮਤਲਬ ਇਹ ਜਿਹੜਾ ਸਿਸਟਮ ਸਟਾਰਟ ਹੋ ਗਿਆ ਇਹ ਕਿਤੇ ਨਾ ਕਿਤੇ ਸਵਾਲਾਂ ਵਾਲੀ ਗੱਲ ਬਿਲਕੁਲ ਠੀਕ ਜਿਹੜਾ ਹੈਗਾ ਤੁਹਾਡਾ ਇੱਕ ਆਪਣਾ ਲੌਜੀਕ ਹੈ ਸਵਾਲਾਂ ਤਾਂ ਠੀਕ ਹੈਗਾ ਪਰ ਜਿਹੜਾ ਇਹ ਪਰ ਵਾਇਲੈਂਸ ਠੀਕ ਨਹੀਂ ਜੀ ਪਰ ਜਿਹੜਾ ਕਾਂਗਰਸ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਜਾਂ ਵਿਰੋਧੀ ਤਰ੍ਹਾਂ ਦਾਵਾ ਕਰ ਰਹੇ ਹਨ ਕਿ ਬੀਬਾ ਹਰਸਿਮਰਤ ਬਾਦਲ ਜਿਹੜਾ ਹੈਗਾ ਬੁਰੀ ਤਰ੍ਹਾਂ ਉੱਥੇ ਘਿਰੇ ਹੋਏ ਹੋਏ ਹੈ ਇਸ ਮੁੱਦੇ ਨੂੰ ਲੈ ਕੇ ਇਲੈਕਸ਼ਨ ਦੇ ਮਾਮਲੇ ਨੂੰ ਲੈ ਕੇ ਲੋਕਾਂ ਦਾ ਟਫ ਜਿਹੜਾ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਕਾਂਗਰਸ ਜੋ ਮਰਜ਼ੀ ਕਹੀ ਜਾਵੇ ਸਿੱਧੂ ਸਾਹਿਬ ਕਾਂਗਰਸ ਦੇ ਕਹੇ ਤੇ ਅਸੀਂ ਕਰਨਾ ਨਹੀਂ ਹੈਗਾ ਕਾਂਗਰਸ ਦੇ ਕਹੇ ਤੇ ਅਸੀਂ ਨਾ ਕਰਨਾ ਨਹੀਂ ਹੈਗਾ ਕਰਦੇ ਉਹ ਹੈਗੇ ਆ ਜਿਨ੍ਹਾਂ ਨੂੰ ਲੋਕ ਸਵਾਲ ਪੁੱਛਦੇ ਆ ਖੜ ਖੜ ਕੇ ਸਟੇਜਾਂ ਦੇ ਉੱਤੇ ਚੜ੍ਹ ਚੜ੍ਹ ਕੇ ਉਹ ਲੋਕ ਘਿਰੇ ਵੇ ਹੈਗੇ ਆ ਰਾਜਾ ਬੜਿੰਗ ਦੇ ਜਿਹੜੇ ਹੈਗੇ ਆ ਐਕਸ਼ਨਾਂ ਦੀ ਤੁਸੀਂ ਮਤਲਬ ਹਰ ਰੋਜ਼ ਵੀਡੀਓਜ਼ ਪੈਂਦੀਆਂ ਹੈਗੀਆਂ ਕਿਵੇਂ ਉਹਨਾਂ ਨੂੰ ਲੋਕ ਘੇਰ ਰਹੇ ਹੈਗੇ ਆ ਕਿਵੇਂ ਉਹ ਲੋਕ ਉਹਨਾਂ ਨੂੰ ਕੁਸ਼ਚਨ ਪੁੱਛ ਰਹੇ ਔਰ ਦੂਜੀ ਗੱਲ ਇਹ ਹੈਗੀ ਸਾਨੂੰ ਘੇਰਨ ਵਾਲੀ ਕਿਹੜੀ ਗੱਲ ਹੈਗੀ ਆ ਕਿਹੜਾ ਅਸੀਂ ਗਲਤ ਕੰਮ ਕੀਤਾ ਵਾ ਹੈਗਾ ਔਰ ਖਾਸ ਤੌਰ 'ਤੇ ਬੀਬੀ ਹਰਸਿਮਰਤ ਬਾਦਲ ਨੇ ਕਿਹੜਾ ਕੀਤਾ ਵਾ ਘਿਰੇ ਵੇ ਹੈਗੇ ਆ ਇਹ ਕਿਉਂਕਿ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਸੀ ਲੋਕਾਂ ਦੇ ਨਾਲ ਝੂਠੇ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਹੋ ਰਹੇ ਇਹਨਾਂ ਤੋਂ ਕਿਸੇ ਵੀ ਤਰੀਕੇ ਦੇ ਨਾਲ ਪੂਰੇ ਨਹੀਂ ਹੋ ਰਹੇ ਇਸ ਕਰਕੇ ਇਹਨਾਂ ਦਾ ਇਹਨਾਂ ਦੇ ਮਤਲਬ ਜਿਹਨੂੰ ਕਹਿੰਦੇ ਆ ਗਲ ਦੇ ਵਿੱਚ ਇੱਕ ਕੰਡਾ ਫਸਿਆ ਪਿਆ ਮੈਂ ਪਹਿਲਾਂ ਜਿਹੜਾ ਸਵਾਲ ਕੀਤਾ ਸੀਗਾ ਧਾਰਨੀ ਸਾਹਿਬ ਨੇ ਅਜੇ ਤੱਕ ਜਵਾਬ ਨਹੀਂ ਦਿੱਤਾ ਪਹਿਲਾਂ ਇੱਕ ਪੁਆਇੰਟ 'ਤੇ ਇਹਨਾਂ ਤੋਂ ਜਵਾਬ ਲੈ ਲਿਓ ਹੁਣੇ ਬਠਿੰਡਾ ਪਾਰਲੀਮੈਂਟ ਨੂੰ ਬੀਬਾ ਹਰਸਿਮਰਤ ਰਿਪ੍ਰੈਜੈਂਟ ਕਰਦੇ ਨੇ 2 ਜਾਂ 3 ਵਾਰ ਵਟ ਐਵਰ ਇਟ ਇਜ਼ ਮੈਨੂੰ ਇਹਦਾ ਜਵਾਬ ਇੱਕ ਵਾਰ ਜ਼ਰੂਰ ਲੈ ਕੇ ਦਿਓ ਜੀ ਔਨ ਰਿਕਾਰਡ ਲੈ ਕੇ ਦਿਓ ਬਠਿੰਡਾ ਹਲਕੇ ਵਾਸਤੇ ਬੀਬਾ ਹਰਸਿਮਰਤ ਨੇ ਆਪਣੀ ਮਿਨਿਸਟਰੀ ਦੇ ਤਹਿਤ 1-20 ਪ੍ਰੋਜੈਕਟ ਲਿਆਂਦਾ ਹੋਵੇ ਉਹਦਾ ਜਵਾਬ ਜ਼ਰੂਰ ਲਿਓ ਇਹਨਾਂ ਤੋਂ ਪਲੀਜ਼ ਇਹ ਬਾਕੀ ਗੱਲਾਂ ਬਾਅਦ 'ਚ ਕਰਦੇ ਆ ਪਹਿਲਾਂ ਉਸ ਗੱਲ ਦਾ ਜਵਾਬ ਜ਼ਰੂਰ ਦੇਣ 1-20 ਪ੍ਰੋਜੈਕਟ ਫੂਡ ਪ੍ਰੋਸੈਸਿੰਗ ਮਿਨਿਸਟਰੀ ਦਾ ਜਿਹਦੇ ਕੈਬਨਿਟ ਦੇ ਵਜ਼ੀਰ ਹਿੰਦੁਸਤਾਨ ਦੇ ਬਠਿੰਡੇ ਦੇ ਲੋਕਾਂ ਨੇ 5 ਸਾਲ ਇਹਨਾਂ ਨੂੰ ਝੂਠੇ ਚਲਾਏ ਔਰ ਪੂਰੀ ਸ਼ਾਨ ਤੌਰ ਬਖਸ਼ੀ ਬਠਿੰਡੇ ਦੇ ਲੋਕਾਂ ਨੇ ਮੈਨੂੰ ਦੱਸ ਦੇਣ ਬਠਿੰਡੇ ਵਾਸਤੇ 1 ਪ੍ਰੋਜੈਕਟ ਲਿਆਂਦਾ ਇਹਨਾਂ ਨੇ 1-20 ਜਿਹਦੇ ਕਰਕੇ ਇੰਪਲੋਇਮੈਂਟ ਜਨਰੇਟ ਹੁੰਦੀ ਕੋਈ ਇਨਵੈਸਟਮੈਂਟ ਹੁੰਦੀ ਕੁਝ ਵੀ ਹੁੰਦਾ ਦੱਸ ਦੇਣ ਔਨ ਰਿਕਾਰਡ ਦੱਸ ਦੇਣ ਹਾਂ ਜਾਂ ਨਾ ਹਾਂ ਜਾਂ ਨਾ ਜੀ ਹਾਂ ਬੋਲਣ ਤਾਂ ਦਿਓ ਹਾਂ ਜਾਂ ਨਾ ਨਹੀਂ ਮੈਂ ਬੋਲਣ ਤਾਂ ਦਿਓ ਜਲੇਬੀ ਨਹੀਂ ਬਣਾਉਣੀ ਨਹੀਂ ਨਹੀਂ ਜਲੇਬੀ ਨਹੀਂ ਬਣਾਉਂਦਾ ਫਿਕਰ ਨਾ ਕਰੋ ਜੀ ਜਿਤਾਨੀ ਸਾਹਿਬ ਆਪਣੀ ਗੱਲ ਕਰੋ ਦੇਖੋ ਬੀਬੀ ਹਰਸਿਮਰਤ ਕੌਰ ਬਾਦਲ ਨੇ ਜੋ ਬਠਿੰਡੇ ਲਈ ਕੀਤਾ ਸਭ ਤੋਂ ਪਹਿਲੀ ਗੱਲ ਏਮਜ਼ ਦਾ ਜਿਹੜਾ ਨੀਂਹ ਪੱਥਰ ਉਹਨਾਂ ਨੇ ਰੱਖਿਆ ਉਹ ਕਿਹਨਾਂ ਹਾਲਾਤਾਂ ਦੇ ਵਿੱਚ ਰੱਖਿਆ ਉਹ ਰੱਖਣ ਵਾਲੇ ਬੀਬੀ ਜੀ ਹੀ ਸੀ ਮੰਤਰੀ ਹੋਣ ਦੇ ਨਾਤੇ ਜਿਹੜਾ ਉਹਨਾਂ ਨੇ ਉੱਥੇ ਰੱਖਿਆ ਦੂਜੀ ਗੱਲ ਬਠਿੰਡੇ ਜਾਣ ਵਾਸਤੇ ਜੇ ਚੰਡੀਗੜ੍ਹ ਤੋਂ ਕਿਸੇ ਨੇ ਬਠਿੰਡੇ ਜਾਣਾ ਹੁੰਦਾ ਸੀ ਕਿਵੇਂ ਜਾਂਦੇ ਹੁੰਦੇ ਸੀ ਨਹੀਂ 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 ਰੁਕ ਜੋ ਜਿਹੜਾ ਮੈਂ ਸਵਾਲ ਪੁੱਛਿਆ ਉਹਦਾ ਨਹੀਂ ਜਵਾਬ ਦੇ ਰਹੇ ਉਹਦਾ ਜਵਾਬ ਨਹੀਂ ਦੇ ਰਹੇ ਰੁਕ ਜੋ ਗੋਲਮੋਲ ਗੱਲਾਂ ਕਰਨਗੇ ਜਲੇਬੀ ਬਣ ਰਹੀ ਹੈ ਰੁਕ ਜੋ ਸੜਕਾਂ ਸਕੂਲ ਆਰਓ ਇਹੋ ਜਿਹੀ ਗੱਲਾਂ ਕਰਨਗੇ ਮੈਂ ਇਹ ਕਹਿ ਰਿਹਾ ਮੇਰਾ ਸਪੈਸੀਫਿਕ ਕੁਐਸਚਨ ਹੈ ਆਪਣੀ ਮਿਨਿਸਟਰੀ ਦੇ ਤਹਿਤ ਆਪਣੀ ਕੰਪੀਟੈਂਸ ਦਿਖਾਉਣ ਲਈ ਆਪਣੀ ਕੈਪੇਬਿਲਿਟੀ ਦਿਖਾਉਣ ਲਈ ਆਪਣੀ ਐਫੀਸ਼ੀਐਂਸੀ ਦਿਖਾਉਣ ਲਈ ਬੀਬਾ ਬਾਦਲ ਨੇ ਆਪਣੇ ਜਿਹੜਾ ਐਗਰੀਕਲਚਰ ਪ੍ਰੋਡਿਊਸਿੰਗ ਸਟੇਟ ਆ ਸਾਡਾ ਐਗਰੀਰੀਅਨ ਇਕਨੋਮੀ ਹੈਗੀ ਹੈ ਫੂਡ ਪ੍ਰੋਸੈਸਿੰਗ ਇਜ਼ ਡਾਇਰੈਕਟਲੀ ਲਿੰਕਡ ਟੂ ਐਗਰੀਰੀਅਨ ਇਕਨੋਮੀ ਉਹਦਾ ਪ੍ਰੋਜੈਕਟ ਦਿਓ ਜੀ ਜੀ ਤੁਹਾਡਾ ਜਵਾਬ ਆਏਗਾ ਕੁਐਸਚਨ ਉਹਦਾ ਪ੍ਰੋਜੈਕਟ ਦਿਓ ਰਿਪੀਟ ਕਰ ਰਹੇ ਹਾਂ ਦੇਖੋ ਉਹਦਾ ਪ੍ਰੋਜੈਕਟ ਜੀ ਆਪਣੀ ਗੱਲ ਕਰੋ ਦੇਖੋ ਜਿੱਥੋਂ ਤੱਕ ਹਰ ਬੰਦੇ ਦੀਆਂ ਇੱਕ ਲਿਮਿਟਸ ਹੁੰਦੀਆਂ ਇੱਕ ਜ਼ਰੂਰੀ ਨਹੀਂ ਹੈਗਾ ਕਿ ਜੇ ਉਹ ਬੀਬੀ ਜੀ ਉੱਥੇ ਦੇ ਮੰਤਰੀ ਬਣ ਗਏ ਹੈਗੇ ਆ ਕਿ ਉਹਨਾਂ ਨੇ ਸਾਰਾ ਕੁਛ ਬਠਿੰਡੇ ਦੇ ਵਿੱਚ ਇਹ ਲਿਆ ਕੇ ਦੇ ਦੇਣਾ ਹੈਗਾ ਸਵਾਲ ਇਹ ਹੈਗਾ ਕਿ ਬਠਿੰਡੇ ਲਈ ਕੀ ਵਧੀਆ ਤੋਂ ਵਧੀਆ ਕਰਿਆ ਜਾ ਸਕਦਾ ਹੁਣ ਇਹਨਾਂ ਦੀ ਦੱਸਦਾ ਮੈਂ ਬਠਿੰਡੇ ਦੇ ਵਿੱਚ ਮੇਰੀ ਗੱਲ ਸੁਣੋ ਪੰਜਾਬ ਦੇ ਵਿੱਚ 2 ਜਿਹੜੇ ਵੱਡੇ ਪਾਵਰ ਪਲਾਂਟ ਹੈਗੇ ਸੀ ਤੁਸੀਂ ਬੰਦ ਕਰਨ ਵਾਲੇ ਹੈਗੇ ਜਿਹਨਾਂ ਚੋਂ ਇੱਕ ਬਠਿੰਡਾ ਵੀ ਹੈਗਾ ਦੇਖੋ ਸਵਾਲ ਦਾ ਜਵਾਬ ਫੇਰ ਨਹੀਂ ਆਇਆ ਸਿੱਧੂ ਠੀਕ ਹੈ ਸਵਾਲ ਦਾ ਜਵਾਬ ਦਿਓ ਯੈਸ অর ਨੋ ਤੁਸੀਂ ਤਾਂ ਐਵੇਂ ਤੁਸੀਂ ਦੇਖੋ ਗੱਲ ਇਹ ਆ ਤੁਸੀਂ ਬਹਿਸ ਕਰ ਰਹੇ ਹੋ ਯੈਸ অর ਨੋ ਸਵਾਲ ਨਾ ਕਰੋ ਨਹੀਂ ਨਹੀਂ ਮੈਂ ਇਹ ਕਹਿ ਰਿਹਾ ਕਿ ਬਤੌਰ ਮੰਤਰੀ ਉਹ ਮੰਤਰੀ ਸਾਰੇ ਇੰਡੀਆ ਦੇ ਸੀ ਇਹ ਨਹੀਂ ਹੈਗਾ ਆਪਣਾ ਹਲਕਾ ਹੀ ਨਹੀਂ ਯਾਦ ਰਿਹਾ ਸਾਰਾ ਕੁਝ ਆਪਣੇ ਘਰ ਦੇ ਵਿੱਚ ਜਿਨ੍ਹਾਂ ਨੇ ਲੋਕਾਂ ਨੇ ਵੋਟਾਂ ਪਾਈਆਂ ਉਹਨਾਂ ਨੇ ਕਿਸੇ ਉਮੀਦ ਚ ਪਾਈਆਂ ਸੀਗੀਆਂ ਤੁਸੀਂ ਆਪਣੇ ਹਲਕੇ ਵਾਸਤੇ 1-20 ਪ੍ਰੋਜੈਕਟ ਨਹੀਂ ਲਿਆ ਸਕੇ ਬਿਲਕੁਲ ਇਹ 5 ਲੱਖ ਦੇ ਪ੍ਰੋਜੈਕਟ ਸਾਡੇ ਹਲਕੇ ਦਾ ਪ੍ਰੋਜੈਕਟ ਹੈਗਾ ਤੁਹਾਡੇ ਸਾਹਮਣੇ ਪਿਆ ਏਮ ਇਜ਼ ਨਾਟ ਹਰ ਪ੍ਰੋਜੈਕਟ ਜਿਹਨੂੰ ਤੁਸੀਂ ਰੋਕਦੇ ਰਹੇ ਮੈਂ ਆਪਣੀ ਨਹੀਂ ਕਿਸੇ ਨੂੰ ਰੋਕਿਆ ਉਹਦੇ ਵਾਸਤੇ ਰੋਕਦੇ ਰਹੇ ਕੈਪਟਨ ਸਾਹਿਬ ਉਹਦੀ ਟਾਈਮਲਾਈਨ ਦਊਂਗਾ ਹੁਣੇ ਮੈਂ ਟਾਈਮਲਾਈਨ ਰੋਕਦੇ ਰਹੇ ਹੁਣੇ ਟਾਈਮਲਾਈਨ ਦੱਸ ਦਊਂਗਾ ਤੁਹਾਡੇ ਤੇ ਆਉਣੇ ਆਪਾਂ ਖਾਸ ਤੌਰ ਤੇ ਜਿਹੜੇ ਚੀਫ ਮਿਨਿਸਟਰ ਹੈ ਕੈਪਟਨ ਅਮਰਿੰਦਰ ਉਹਨਾਂ ਦਾ ਕਹਿਣਾ ਕਿ ਹਰਸਿਮਰਤ ਬਾਦਲ ਨੇ ਕੇਂਦਰ 'ਚ ਬੈਠ ਕੇ ਪੰਜਾਬ ਦਾ ਬਹੁਤ ਨੁਕਸਾਨ ਕੀਤਾ ਦੱਸੋ ਕਿਸ ਤਰ੍ਹਾਂ ਕੀਤਾ ਮੈਨੂੰ ਦੱਸੋ ਤਾਂ ਸਹੀ ਵੀ ਕਿਵੇਂ ਕੀਤਾ ਇੱਕੋ ਮਿਨਿਸਟਰ ਸੀ ਜਿਨ੍ਹਾਂ ਨੇ ਉੱਥੇ ਮਿਨਿਸਟਰੀ ਦੇ ਰਾਹੀਂ ਸਾਰੇ ਹਿੰਦੁਸਤਾਨ ਦੇ ਵਿੱਚ ਇਸ ਤਰ੍ਹਾਂ ਦੇ ਫੂਡ ਪ੍ਰੋਸੈਸਿੰਗ ਪ੍ਰੋਜੈਕਟ ਲਾਏ ਜਿਨ੍ਹਾਂ ਨੇ ਬਠਿੰਡੇ ਲਈ ਇੰਨੇ ਕੰਮ ਏਮਜ਼ ਵਰਗੇ ਕੰਮ ਕੀਤੇ ਇੱਕੋ ਮੰਤਰੀ ਸੀ ਜਿਹੜੇ ਹਰ ਰੋਜ਼
ਲੋਕਾਂ ਦੇ ਵਿੱਚ ਰਹਿੰਦੇ ਸੀ, ਲੋਕਾਂ ਦੇ ਵਿੱਚ ਵਿਚਰਦੇ ਸੀ, ਲੋਕਾਂ ਦੀਆਂ ਜਿਹੜੀਆਂ ਹੈਗੀਆਂ ਛੋਟੀਆਂ 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 ਸਮੱਸਿਆਵਾਂ ਵੀ ਸੁਣਦੇ ਸੀ। ਫਿਰ ਜਵਾਬ ਦੇ ਦਿੰਦੇ ਜੋਗਰ ਪਾਰਕ ਦੇ ਵਿੱਚ। ਮੈਂ ਤੁਹਾਨੂੰ ਕੁਐਸਚਨ ਪੁੱਛਦਾ, ਤੁਸੀਂ ਆਪਣੀ ਗੱਲ ਤਾਂ ਕਰ, ਐਂ ਦੱਸੋ ਵੀ ਜਿੱਦਣ ਦੇ 2.5 ਸਾਲ ਦੇ ਵਿੱਚ ਮੁੱਖ ਮੰਤਰੀ ਸਾਹਿਬ ਬਣੇ ਆ, ਕਿੰਨੇ ਵਾਰ ਉਹ ਪੰਜਾਬ ਦੇ ਵਿੱਚ ਨਿਕਲੇ? ਇਹ ਕੁਐਸਚਨ ਦਾ ਜਵਾਬ ਚਲੋ ਪਜਾ ਲੈਣਾ। ਪਹਿਲਾਂ ਮੈਂ ਦੇਣਾ ਜੀ ਕੈਪਟਨ ਅਮਰਿੰਦਰ 2 ਸਾਲ ਦੇ ਵਿੱਚ ਉਹ ਵੀ ਆਪਣੀ ਪਰਫਾਰਮੈਂਸ ਦਾ ਜਵਾਬ ਦੇ। ਮੇਰੀ ਗੱਲ ਸੁਣੋ, ਮੈਂ ਤੁਹਾਨੂੰ ਦੇ ਦਿੰਦਾ ਜਵਾਬ। ਕੈਪਟਨ ਸਾਹਿਬ ਨੇ ਜਿੰਨੀ ਐਸ ਡਿਊਟੀ ਚੀਫ ਮਿਨਿਸਟਰ ਨਿਭਾਉਣੀ ਸੀਗੀ, ਲੋਕਾਂ ਨੇ ਉਹਨਾਂ ਨੂੰ ਫਤਵਾ ਦਿੱਤਾ, ਲੋਕਾਂ ਨੇ ਆਪਣਾ ਵਿਸ਼ਵਾਸ ਪ੍ਰਗਟ ਉਹਨਾਂ 'ਚ ਕੀਤਾ ਹੈਗਾ, ਔਰ ਉਹ ਤਹਿ ਦਿਲੀ ਨਾਲ ਨਿਭਾ ਰਹੇ ਨੇ। ਜ਼ਰੂਰੀ ਨਹੀਂ ਹੈ ਕਿ ਇਹਨਾਂ ਦੇ ਬਾਦਲਾਂ ਵਾਂਗੂ ਨਹੀਂ ਹੈਗੇ ਵੀ ਬਾਦਲਾਂ ਦੀ ਤਾਂ ਜੇ ਮੁਕਤਸਰ ਨੂੰ ਜੁੱਤੀ ਲੈਣ ਜਾਣਾ ਹੁੰਦਾ ਸੀਗਾ ਤਾਂ ਇਹਨਾਂ ਦਾ ਹੈਲੀਕਾਪਟਰ ਜਾਂਦਾ ਹੁੰਦਾ ਸੀਗਾ। ਇਹ ਜ਼ਰੂਰੀ ਨਹੀਂ ਹੈ ਵੀ ਭੱਜ ਨੱਠ ਕਰਕੇ ਮੇਰੀ ਗੱਲ ਸੁਣੋ, ਭੱਜ ਨੱਠ ਇਹ ਫਜ਼ੂਲ 'ਚ ਕਰੀ ਜਾਣੀ ਉਹਦਾ ਕੋਈ ਫਾਇਦਾ ਨਹੀਂ ਹੁੰਦਾ। ਆਪਣੀ ਡਿਊਟੀਜ਼ ਜਿੰਨੀਆਂ ਨਿਭਾਉਣੀਆਂ ਨੇ ਉਸ ਤੋਂ ਵੱਧ ਕੈਪਟਨ ਸਾਹਿਬ ਤਹਿ ਦਿਲੀ ਨਾਲ ਨਿਭਾ ਰਹੇ ਨੇ, ਔਰ ਉਸ ਚੀਜ਼ ਦਾ ਰਿਜ਼ਲਟ ਤੁਹਾਨੂੰ 23 ਮਈ ਨੂੰ ਤੁਹਾਨੂੰ ਦਿਖੂਗਾ। ਲੋਕਾਂ ਦਾ ਵਿਸ਼ਵਾਸ ਪੂਰੇ ਦਾ ਪੂਰਾ ਫਿਰ ਤੋਂ ਲੋਕ ਪ੍ਰਗਟ ਕਰਨਗੇ ਕੈਪਟਨ ਸਾਹਿਬ ਦੀ ਲੀਡਰਸ਼ਿਪ ਦੇ ਵਿੱਚ, ਕੋਈ ਡਾਊਟ ਨਹੀਂ ਹੈ। ਪਰ ਮੇਰੀ ਮੇਰੀ ਗੱਲ ਦਾ ਅਜੇ ਵੀ ਸਿੱਧੂ ਸਾਹਿਬ ਧਾਰਨੀ ਸਾਹਿਬ ਤੋਂ ਜਵਾਬ ਨਹੀਂ ਆਇਆ, ਯੈਸ ਔਰ ਨੋ 'ਚ। ਫੂਡ ਪ੍ਰੋਸੈਸਿੰਗ ਮਿਨਿਸਟਰੀ ਦੇਖੋ, ਬਠਿੰਡੇ ਦੇ ਲੋਕਾਂ ਨੇ, ਨੌਜਵਾਨਾਂ ਨੇ, ਬੀਬੀਆਂ ਨੇ, ਕੁੜੀਆਂ ਨੇ, ਬੱਚੀਆਂ ਨੇ, ਸਾਡੀਆਂ ਨੇ, ਲੇਡੀਜ਼ ਨੇ ਬਹੁਤ ਵਿਸ਼ਵਾਸ ਕਰਕੇ ਬੀਬਾ ਜੀ ਨੂੰ ਜਿਤਾਇਆ, ਸਿਰਫ਼ ਔਰ ਸਿਰਫ ਇਸ ਲਈ ਕਿ ਕੁਛ ਨਾ ਕੁਛ ਬਠਿੰਡੇ ਹਲਕੇ ਦਾ ਫਾਇਦਾ ਹੋਵੇ, ਬਠਿੰਡੇ ਨੂੰ ਕੁਛ ਮਿਲੇ। ਬਿਲਕੁਲ, ਅੱਜ ਤੱਕ ਕੋਈ ਪੰਜਾਬ ਦਾ ਵੀ ਨਹੀਂ, ਮੈਂ ਦੇ ਰਿਹਾ ਪਹਿਲੀ ਗੱਲ ਤਾਂ, ਮੇਰੀ ਗੱਲ ਦਾ ਜਵਾਬ ਯੈਸ ਔਰ ਨੋ 'ਚ ਨਹੀਂ ਦਿੱਤਾ ਇਹਨਾਂ ਨੇ। ਮੈਂ ਤੁਸੀਂ ਮੈਨੂੰ ਸਵਾਲ ਕੀਤਾ, ਮੈਂ ਜਵਾਬ ਦਿੱਤਾ। ਓਕੇ, ਕੀ ਬੀਬਾ ਜੀ ਦੀ ਇੰਨੀ ਡਿਊਟੀ ਨਹੀਂ ਬਣਦੀ ਸੀਗੀ ਕਿ ਆਪਣੇ ਹਲਕੇ ਵਾਸਤੇ ਇੱਕ ਪ੍ਰੋਜੈਕਟ ਜ਼ਰੂਰ ਦਿੰਦੇ ਫੂਡ ਪ੍ਰੋਸੈਸਿੰਗ ਦਾ? ਆਪਾਂ ਕਿਸਾਨਾਂ ਦੇ ਹਿਤੈਸ਼ੀ ਆਪਣੇ ਆਪ ਨੂੰ ਬਾਦਲ ਸਾਹਿਬ ਵੇਚਦੇ ਨੇ, ਬਾਦਲ ਸਾਹਿਬ ਆਪਣੇ ਆਪ ਨੂੰ ਕਿਸਾਨਾਂ ਦਾ ਹਿਤੈਸ਼ੀ ਕਹਿ ਕੇ ਵੇਚਦੇ ਨੇ ਵੀ ਮੈਂ ਕਿਸਾਨਾਂ ਦਾ ਮਸੀਹਾ, ਅਤੇ ਕਿਸਾਨ 10 ਸਾਲਾਂ ਦੇ ਵਿੱਚ ਸਭ ਤੋਂ ਵੱਧ ਰੁਲਿਆ, ਔਰ 10 ਸਾਲਾਂ ਦੇ ਵਿੱਚ ਇੱਕ ਵੀ ਪ੍ਰੋਜੈਕਟ ਬਠਿੰਡੇ ਹਲਕੇ ਵਾਸਤੇ ਕਿਉਂ ਨਹੀਂ ਆਇਆ? ਤਾਰਨੀ ਸਾਹਿਬ, ਦੇਖੋ ਇਹਨਾਂ ਦੀ ਤਾਂ ਸੂਈ ਫਸੀ ਵੀ ਆ। ਬੋਲਣ ਦਿਓ, ਗਲਤ ਨਹੀਂ ਹੈਗੀ, ਸੂਈ ਫਸੀ ਵੀ ਆ। ਜਿਹੜੀ ਫੂਡ ਪ੍ਰੋਸੈਸਿੰਗ ਮਿਨਿਸਟਰ ਹੈਗੀ ਆ ਉਹ ਹਿੰਦੁਸਤਾਨ ਦੀ ਹੈਗੀ, ਬਠਿੰਡੇ ਵਾਲਿਆਂ ਨੇ ਬਣਾ ਕੇ ਭੇਜਿਆ ਜੀ। ਬਠਿੰਡੇ ਵਾਲਿਆਂ ਨੇ ਜਵਾਬ ਮੰਗਿਆ, ਕੀ ਕਰੀ ਬਠਿੰਡੇ ਵਾਲਿਆਂ ਨੇ? ਇਟਸ ਨਾਟ ਅ ਸੰਧੂ ਸਾਹਿਬ ਡਿਬੇਟ ਦਾ ਉਹ ਹੈਗਾ ਜੀ ਜੀ। ਚਲੋ ਤੁਸੀਂ ਧਾਰਨੀ ਸਾਹਿਬ, ਉਹ ਜਿਹੜੀ ਮੰਤਰੀ, ਦੇਖੋ ਐਮ ਪੀ ਉਹ ਬਠਿੰਡੇ ਦੀ ਹੈਗੀ ਆ, ਮੰਤਰੀ ਉਹ ਹਿੰਦੁਸਤਾਨ ਦੀ ਹੈਗੀ, ਔਰ ਪ੍ਰੋਜੈਕਟ ਜਿਹੜੇ ਹੈਗੇ ਆ ਹਿੰਦੁਸਤਾਨ ਲੈਵਲ 'ਤੇ ਜਿਹੜੇ ਹੈਗੇ ਆ ਫਿਕਸ ਹੋਣੇ ਹੈਗੇ ਆ, ਔਰ ਉਸ ਤੋਂ ਬਾਅਦ ਉਸ ਦੇ ਉੱਪਰ ਵੀ ਜਿਹੜੇ ਹੈਗੇ ਆ ਮੰਤਰਾਲੇ ਹੈਗੇ ਆ ਜਿਨ੍ਹਾਂ ਨੇ ਇਹ ਸਾਰਾ ਕੁਛ ਅਲੋਟਮੈਂਟ ਕਰਨੀ ਹੈਗੀ ਆ। ਹਰ ਬੰਦਾ ਆਪਣੇ ਵੱਲ ਨੂੰ ਖਿੱਚਦਾ ਹੈਗਾ, ਹਰ ਬੰਦਾ ਆਪਣੇ ਵੱਲ ਨੂੰ ਖਿੱਚਦਾ ਹੈਗਾ। ਪਰ ਜੇ ਮੈਂ ਦੂਸਰੇ ਪਾਸੇ ਦੀ ਗੱਲ ਕਰਾਂ, ਹੁਣ ਇਹਨਾਂ ਗੱਲ ਕਰਤੀ, ਮੈਨੂੰ ਉਸ ਪਾਸੇ ਜਾਣਾ ਨਹੀਂ ਸੀ ਚਾਹੀਦਾ। ਕੈਪਟਨ ਸਾਹਿਬ 2 ਵਾਰ ਨਿਕਲੇ, ਇੱਕ ਵਾਰ ਪਤਾ ਕਦੋਂ ਨਿਕਲੇ? ਜਦੋਂ ਮਾਈਨਸ ਨੂੰ ਦੇਖ ਕੇ ਆ ਕੇ ਉਹਨਾਂ ਨੇ ਆਪਣਾ ਉਹਦੇ ਵਿੱਚੋਂ CM ਦੀ ਕੋਠੀ ਦੇ ਵਿੱਚੋਂ ਫਤਵਾ ਜਾਰੀ ਕਰਿਆ ਸੀ, ਔਰ ਉਹਦਾ ਕੁਛ ਨਹੀਂ ਹੋਇਆ। ਇੱਕ ਦੇ 10 ਦਿਨ ਵੀ ਮਾਈਨਿੰਗ ਰੁਕੀ ਹੋਵੇ ਜਾਂ ਹੋਰ ਕੋਈ ਕੰਮ ਰੁਕਿਆ ਹੋਵੇ। ਦੂਜਾ, ਜਦੋਂ ਕਣਕਾਂ ਬੀਜੀਆਂ ਉਸ ਟਾਈਮ 'ਤੇ ਇੱਕ ਵਾਰੀ ਬਹੁਤ ਜ਼ਿਆਦਾ ਮੀਂਹ ਝੱਖੜ ਹਨੇਰੀਆਂ ਆਇਆ ਸੀ, ਉਦੋਂ ਵੀ ਕੈਪਟਨ ਸਾਹਿਬ ਨੇ ਹੈਲੀਕਾਪਟਰ ਦਾ ਇੱਕ ਦੌਰਾ ਦਿੱਤਾ ਸੀ। ਉਹ ਤੋਂ ਬਾਅਦ ਉਹ ਸਾਰਾ ਜਿਹੜਾ ਹੈਗਾ TV ਚੈਨਲਾਂ 'ਤੇ ਆਇਆ ਸੀ, ਔਰ ਕੈਪਟਨ ਸਾਹਿਬ ਨੇ ਇਹ ਆਰਡਰ ਕੀਤੇ ਸੀ ਕਿ 3 ਦਿਨ ਦੇ ਵਿੱਚ ਗਿਰਦੌਰੀ, ਔਰ 4th ਦਿਨ ਅਸੀਂ ਜਿਹੜਾ ਕਾਰਵਾਈ ਕਰਾਂਗੇ। ਸੁਣੋ ਮੇਰੀ ਗੱਲ, ਪਰ ਹੁਣ ਤੱਕ ਕੋਈ ਪੰਜਾਬ ਦਾ ਇੱਕ ਕਿਸਾਨ ਖੜਾ ਹੋ ਕੇ ਕਹਿ ਦੇਵੇ ਵੀ ਸਾਨੂੰ ਕੋਈ ਮੁਆਵਜ਼ਾ ਮਿਲਿਆ ਇਸ ਦਾ, ਜਾਂ ਉਹ ਤੇ ਪਹਿਲਾਂ ਇਹਨਾਂ ਨੇ ਇੱਕ ਕਾਰਵਾਈ ਪਾਈ ਸੀ ਕਿ 3 ਦਿਨਾਂ ਦੇ ਵਿੱਚ ਗਿਰਦੌਰੀਆਂ, ਮੈਨੂੰ ਰਿਪੋਰਟਾਂ ਆਉਣੀਆਂ ਚਾਹੀਦੀਆਂ ਜੀ। ਕਿੱਥੇ ਬਾਦਲ ਸਾਹਿਬ ਜਿਨ੍ਹਾਂ ਨੇ ਇੰਨਾ ਕੰਮ ਪੰਜਾਬ ਦਾ ਹੀ ਕੀਤਾ, ਕਿੱਥੇ ਕੈਪਟਨ ਸਾਹਿਬ ਕਿਸ ਤਰ੍ਹਾਂ ਦੇ ਬੋਲਦੇ ਨੀ ਬਠਿੰਡਾ 'ਚ ਕਿਹੜੇ ਮੁੱਦੇ ਆ ਜਿਹੜੇ ਇਸ ਵੇਲੇ ਭਖਵੇਂ ਬਣੇ ਆ, ਔਰ ਇਹਨਾਂ ਮੁੱਦਿਆਂ ਨੂੰ ਲੈ ਕੇ ਪੰਜਾਬੀ ਕੀ ਦੇਣਗੇ ਜਵਾਬ? ਗੱਲ ਕਰਾਂਗੇ ਬ੍ਰੇਕ ਦੇ ਬਾਅਦ। ਨਜ਼ਰੀਆ ਦੀ ਡਿਬੇਟ, ਦਰਸ਼ਕਾਂ ਦਾ ਸਵਾਗਤ। ਸੁਮਸਰ, ਤੁਸੀਂ ਬ੍ਰੇਕ ਤੋਂ ਪਹਿਲਾਂ ਆਪਣੇ ਮੁੱਦੇ 'ਤੇ ਜਵਾਬ ਦੇਣਾ ਚਾਹੁੰਦੇ ਸੀ, ਜੋ ਇਸ਼ੂ ਜਿਹੜਾ ਧਾਰਨੀ ਸਾਹਿਬ ਨੇ ਲਏ ਹੈ। ਮੈਂ ਦੇਖੋ, ਧਾਰਨੀ ਸਾਹਿਬ ਨੇ ਗੱਲ ਬੜੀ ਸੋਹਣੀ ਕਹੀ ਹੈ ਵੀ ਕਹਿੰਦੇ ਵੀ ਹਰ ਬੰਦਾ ਜਿਹੜਾ MP ਹੁੰਦਾ ਨਾ, ਹਰ ਬੰਦਾ ਆਪਣੇ ਵੱਲੋਂ ਆਪਣੇ ਪ੍ਰੋਜੈਕਟ ਆਪਣੇ ਵੱਲੋਂ ਖਿੱਚਦਾ। ਇਹ ਧਾਰਨੀ ਸਾਹਿਬ ਨੇ ਕਿਹਾ, ਹੁਣ ਹਰ ਬੰਦਾ ਆਪਣੇ ਵੱਲੋਂ ਖਿੱਚਦਾ। ਮੇਰਾ ਇਹੀ ਪੁਆਇੰਟ ਹੈਗਾ ਵੀ ਬੀਇੰਗ ਦੀ ਕੰਪੀਟੈਂਟ ਮਿਨਿਸਟਰ
ਕੈਬਨਿਟ ਮਿਨਿਸਟਰ ਜਿਹਦੇ ਯੂ ਆਰ ਨਾਟ ਐਮ ਓ ਐਸ, ਤੁਹਾਡੀ ਆਪਣੀ ਜੁਰਿਸਡਿਕਸ਼ਨ ਹੈਗੀ ਹੈ, ਕਿਸੇ ਤੋਂ ਪਰਮਿਸ਼ਨ ਨਹੀਂ ਲੈਣੀ, ਬੀਇੰਗ ਦੀ ਕੈਬਨਿਟ ਮਿਨਿਸਟਰ ਤੁਸੀਂ ਆਪਣੇ ਹਲਕੇ ਵਾਸਤੇ, ਜਿਵੇਂ ਧਾਰਨੀ ਸਾਹਿਬ ਨੇ ਕਿਹਾ ਹਰ ਬੰਦਾ ਆਪਣੇ ਵੱਲ ਨੂੰ ਖਿੱਚਦਾ, ਇਹਨਾਂ ਦਾ ਕੋਈ ਧਿਆਨ ਨਹੀਂ ਸੀ ਬਠਿੰਡੇ ਵੱਲ। ਔਰ ਮੈਂ ਇਸੇ ਗੱਲ 'ਤੇ ਕਹਿੰਦਾ ਵੀ ਇਹ ਆਪਣੇ ਬਠਿੰਡੇ ਵਾਸਤੇ ਕੋਈ ਪ੍ਰੋਜੈਕਟ ਨਹੀਂ ਲਿਆ ਸਕੇ, ਇਹਦਾ ਮਤਲਬ ਹੈ ਸ਼ੀ ਹੈਜ਼ ਪਰੂਵ ਟੂ ਬੀ ਅ ਫੇਲੀਅਰ ਐਜ਼ ਅ ਐਮ ਪੀ ਐਜ਼ ਵੈਲ ਐਜ਼ ਅ ਮਿਨਿਸਟਰ। ਸ਼ੀ ਹੈਜ਼ ਨੋ ਰਾਈਟ ਟੂ ਬੀ ਇਲੈਕਟਡ ਬੈਕ ਬਾਈ ਦੀ ਪੀਪਲ ਆਫ ਪੰਜਾਬ, ਬਾਈ ਦੀ ਪੀਪਲ ਆਫ ਬਠਿੰਡਾ। ਓਕੇ, ਇਹ ਫੈਕਟ ਹੈਗਾ ਕਿ ਆਈ ਟਰਮ ਇਟ ਐਜ਼ ਅ ਗਰੋਸ ਫੇਲੀਅਰ ਐਂਡ ਇਨਕਪੈਸਿਟੀ ਐਜ਼ ਅ ਮਿਨਿਸਟਰ ਟੂ ਨਾਟ ਈਵਨ ਬ੍ਰਿੰਗ ਵਨ ਪ੍ਰੋਜੈਕਟ ਇਨ ਹਰ ਓਨ ਕੰਸਟੀਟੂਐਂਸੀ। ਧਾਰਨੀ ਸਾਹਿਬ ਦੇ ਕਮੈਂਟਸ ਲੈਂਦੇ ਹਾਂ, ਧਾਰਨੀ ਸਾਹਿਬ ਇਹ ਆਪ ਹੀ ਕਹਿ ਕੇ ਹਟਣੇ ਵੀ ਹਰ ਬੰਦਾ ਆਪਣੇ ਵੱਲ ਨੂੰ ਖਿੱਚਦਾ। ਇਹਦੇ ਉੱਤੇ ਤਾਂ ਕਮੈਂਟ ਦੋ ਤਿੰਨ ਵਾਰ ਆ ਲਏ ਜੀ, ਤੇ ਬਾਰ ਬਾਰ ਆਪਾਂ ਇਹੀ ਗੱਲ ਕਰੀ ਜਾਣੀ। ਮੈਂ ਤਾਂ ਤੁਹਾਨੂੰ ਦੱਸ, ਦਿਸ ਡਿਪੈਂਡਸ ਔਨ ਦੀ ਕੰਪੀਟੈਂਸ ਆਫ ਦੀ। ਇਹ ਗੱਲ ਇਹ ਹੈਗੀ ਆ ਜੀ ਕਿ ਬੀਬੀ ਜੀ ਨੇ ਬਠਿੰਡੇ ਲਈ ਬਹੁਤ ਕੁਝ ਕੀਤਾ, ਸੋ ਬਾਕੀ ਜਿਹੜੀ ਗੱਲ ਹੈਗੀ ਆ 23 ਤਰੀਕ ਨੂੰ ਪਤਾ ਲੱਗ ਜੂ। ਜੇ ਇਹਨਾਂ ਨੇ ਬਹੁਤ ਜ਼ਿਆਦਾ ਕੀਤਾ ਵਾ ਹੈਗਾ, ਉਹ 23 ਤਰੀਕ ਨੂੰ ਪਤਾ ਲੱਗ ਜੂ। ਸਵਾਲ ਇਹ ਹੈਗਾ ਕਿ ਇਹਨਾਂ ਕੋਲ ਤਾਂ ਬਠਿੰਡੇ 'ਚ ਕੈਂਡੀਡੇਟ ਹੈ ਨਹੀਂ ਸੀ। ਇਹ ਰਾਜਾ ਬੜਿੰਗ ਨੂੰ ਸਾਈਡ ਤੋਂ ਦੂਸਰੀ ਕਾਂਸਟੀਚੁਐਂਸੀ ਦੇ ਵਿੱਚੋਂ ਚੱਕ ਕੇ ਜਾ ਕੇ ਉੱਥੇ ਜਿਹੜਾ ਹੈਗਾ ਫਿੱਟ ਕਰ ਰਹੇ ਹੈਗੇ ਆ, ਔਰ ਥਾਂ ਥਾਂ ਤੇ ਉਹਨਾਂ ਦਾ ਵਿਰੋਧ ਹੋ ਰਿਹਾ। ਦੀ ਗੱਲ ਹੈਗੀ ਹੈ ਤੇ ਕੀ ਸੁਖਬੀਰ ਇਹਨਾਂ ਕੋਲ ਫਿਰੋਜ਼ਪੁਰ ਕੈਂਡੀਡੇਟ ਨਹੀਂ ਹੈ, ਸੁਖਬੀਰ ਬਾਦਲ ਉੱਥੇ ਭੇਜਿਆ ਇਹਨਾਂ ਨੇ। ਇੱਕ ਮਿੰਟ, ਸੁਖਬੀਰ ਜੀ ਪਹਿਲਾਂ ਇਲੈਕਸ਼ਨ ਲੜੇ, ਪੈਮਾਨਾ ਸੇਮ ਰੱਖੋ ਨਾ, ਫਿਰ ਪੈਮਾਨਾ ਸੇਮ ਹੋਣਾ ਚਾਹੀਦਾ। ਸੁਖਬੀਰ ਦਾ ਇਲਾਕਾ ਨਹੀਂ ਹੈਗਾ, ਸੁਖਬੀਰ ਜੀ ਇਲੈਕਸ਼ਨ ਲੜੇ ਆ ਉੱਥੇ ਤੋਂ, ਉੱਥੇ ਤੋਂ ਐਮਐਲਏ ਆ ਤੁਹਾਡੇ ਕੋਲ ਕੈਂਡੀਡੇਟ। ਉਸ ਤੋਂ ਬਾਅਦ ਉਹ ਜਿਹੜਾ ਹੈਗਾ ਐਮਪੀ ਲਈ ਇਲੈਕਸ਼ਨ ਲੜ ਰਹੇ। ਚਲੋ ਇਸ ਮੁੱਦੇ ਤੇ ਗੱਲ ਆ ਗਈ ਤੁਹਾਡੀ, ਜਿਹੜੇ ਇਸ਼ੂ ਤੇ ਮੈਂ ਗੱਲ ਕਰਨੀ ਚਾਹੁੰਦਾ ਜਿਹੜਾ ਸੰਧੂ ਸਾਹਿਬ, ਉਹ ਇਹ ਵੀ ਹੈ ਕਿ ਕੈਪਟਨ ਅਮਰਿੰਦਰ ਲਗਾਤਾਰ ਇਹ ਗੱਲ ਕਹਿ ਰਿਹਾ, ਹੁਣ ਵੀ ਉਹਨੇ ਜਦੋਂ ਤੁਸੀਂ ਕਿਹਾ ਸਰਦੂਲਗੜ੍ਹ ਜਾ ਕੇ ਵੀ, ਇਹ ਤੋਂ ਪਹਿਲਾਂ ਜਿਹੜੀਆਂ ਮਾਲਵੇ 'ਚ ਰੈਲੀਆਂ ਕੀਤੀਆਂ, ਚੋਣ ਇਲੈਕਸ਼ਨ ਮਿਨਿਸਟਰ ਨੇ ਗੱਲ ਕਹੀ ਹੈ ਕਿ ਬੇਅਦਬੀ ਦੇ ਮੁੱਦੇ 'ਤੇ ਜਿਹੜੇ ਵੀ ਅਕਾਲੀ ਦੋਸ਼ੀ ਪਾਏ ਜਾਣਗੇ ਉਹ ਬਖਸ਼ੇ ਨਹੀਂ ਜਾਣਗੇ। ਸਵਾਲ ਹੁੰਦਾ ਵੀ 2 ਸਾਲ ਦਾ ਉਹਨਾਂ ਦਾ ਸਮਾਂ ਲੰਘ ਗਿਆ, ਵਿਰੋਧੀਆਂ ਦੇ ਕਹਿਣਗੇ ਪੋਲੀਟੀਕਲ ਤੌਰ 'ਤੇ ਇਹ ਜਿਹੜਾ ਡਾਇਲਾਗ ਆ ਉਹਨੂੰ ਇਸਤੇਮਾਲ ਕਰ ਰਿਹਾ ਵੋਟਾਂ ਲੈਣ ਦੇ ਲਈ। ਨਹੀਂ ਦੇਖੋ, ਇਹਦਾ ਇੰਪੈਕਟ ਜਿਹੜਾ ਹੈਗਾ ਮਾਲਵੇ ਵਿਰੋਧੀ ਆ, ਵਿਰੋਧੀ ਜਿਹੜੇ ਨੇ ਇਹ ਆਪਣੀ ਗੱਲ 'ਚ ਆਪ ਹੀ ਉਲਝ ਜਾਂਦੇ ਨੇ। ਦੇਖੋ ਗੱਲ ਸੁਣੋ, ਪਹਿਲੀ ਗੱਲ ਤਾਂ ਜੇ ਬੇਅਦਬੀ ਦੇ ਮੈਟਰ 'ਤੇ ਅਕਾਲੀ ਸੀਰੀਅਸ ਹੁੰਦੇ ਤਾਂ ਜੋਰਾ ਸਿੰਘ ਕਮਿਸ਼ਨ ਜਿਹੜੀ ਇਹਨਾਂ ਨੇ ਬਿਠਾਈ ਸੀਗੀ ਉਸ ਰਿਪੋਰਟ ਨੂੰ ਪੜ੍ਹਦੇ, ਐਕਸੈਪਟ ਕਰਦੇ, ਇਹਨਾਂ ਨੇ ਨਹੀਂ ਕੀਤੀ। ਨਾਓ ਜੇ ਸੂਹੋ ਮੋਟੋ ਕੋਈ ਐਕਸ਼ਨ ਲੈਂਦੇ ਤਾਂ ਪੋਲੀਟੀਕਲ ਵੰਡੈਟਾ ਇਹਨਾਂ ਨੇ ਰੋਣ ਲੱਗ ਜਾਣਾ ਸੀਗਾ। ਇੱਕ ਪ੍ਰੋਪਰ ਪ੍ਰੋਸੈਸ ਫੋਲੋ ਹੋ ਰਿਹਾ, ਪ੍ਰੋਸੀਜਰ ਫੋਲੋ ਹੋ ਰਿਹਾ, ਲਾਅ ਦੇ ਤਹਿਤ ਫੋਲੋ ਹੋ ਰਿਹਾ। ਲਾਅ ਦੇ ਤਹਿਤ ਇਹ ਹੈ, ਪਹਿਲਾਂ ਅਸੀਂ ਕਮਿਸ਼ਨ ਬਣਾਇਆ, ਕਮਿਸ਼ਨ ਨੇ ਆਪਣਾ ਰਿਪੋਰਟ ਦਿੱਤਾ। ਕਮਿਸ਼ਨ ਦਾ ਸਕੋਪ ਆਫ ਇਨਕੁਆਇਰੀ ਵਾਸ ਟੂ ਅਸਰਟਨ ਦੀ ਫੈਕਟਸ, ਵਾਟ ਆਰ ਦੀ ਫੈਕਟਸ। ਉਹਨਾਂ ਨੇ ਫੈਕਟਸ ਕੱਢ ਕੇ ਦੇ ਦਿੱਤੇ। ਕਮਿਸ਼ਨ ਕ੍ਰਿਮੀਨੈਲਿਟੀ ਨੂੰ ਪ੍ਰੂਵ ਨਹੀਂ ਕਰਨਾ ਸੀਗਾ, ਕਮਿਸ਼ਨ ਦਾ ਸਕੋਪ ਹੀ ਨਹੀਂ ਸੀਗਾ, ਨਾ ਉਹ ਕਰ ਸਕਦੀ ਹੈ। ਹੁਣ ਉਸ ਤੋਂ ਬਾਅਦ ਐੱਸ ਆਈ ਟੀ ਬਣੀ ਹੈ ਔਰ ਐੱਸ ਆਈ ਟੀ ਨੇ ਜਿਹੜੇ ਸਟੈਪਸ ਲੈਣੇ ਨੇ ਉਹ ਇੱਕ ਇੱਕ ਕਰਕੇ ਲਿਆ ਜਾ ਰਿਹਾ। ਠੀਕ ਹੈ, ਪਹਿਲਾਂ ਜਿਹੜਾ ਐੱਸ ਐੱਸ ਪੀ ਦੋਸ਼ੀ ਸੀਗਾ ਉਹ ਅੰਦਰ ਜੇਲ੍ਹ 'ਚ ਗਿਆ, ਆਈ ਜੀ ਗਿਆ, ਇੱਦਾਂ ਹੀ ਜਿਹੜੇ ਜਿਹੜੇ ਬੰਦੇ ਇਨਵੋਲਵ ਨੇ, ਜਿਹੜੇ ਜਿਹੜੇ ਪ੍ਰੋਸੈਸ ਡਿਊ ਇਨਕੁਆਇਰੀ 'ਚ ਆਉਣਗੇ ਬਿਲਕੁਲ ਫੜ ਕੇ ਅੰਦਰ ਦੇਵਾਂਗੇ, ਭਾਵੇਂ ਉਹ ਪ੍ਰਕਾਸ਼ ਸਿੰਘ ਬਾਦਲ ਹੋਵੇ, ਭਾਵੇਂ ਉਹ ਸੁਖਬੀਰ ਬਾਦਲ ਹੋਵੇ, ਬੀ ਇਟ ਐਨੀਬਡੀ। ਮੁੱਦਿਆਂ ਦੇ ਜਿਹੜੇ 2 ਸਾਲ ਲੰਘਾਏ ਆ ਆਪ ਵਾਲੇ ਜਾਂ ਦੂਜੇ ਜਿਹੜੇ ਨੇਤਾ ਹੈਗੇ ਉਹ ਕਹਿ ਰਿਹਾ ਕਿ ਜਿੱਥੋਂ ਤੱਕ ਇੱਦਾਂ ਦੇ ਇਸ਼ੂ ਹੈਗੇ ਆ ਇਸ਼ੂ ਲੈ ਕੇ ਜ਼ਰੂਰ ਆਉਂਦੇ ਆ, ਪਰ ਇਹਨਾਂ ਮਾਮਲਿਆਂ 'ਤੇ ਬਾਦਲ ਅਤੇ ਕੈਪਟਨ ਅਮਰਿੰਦਰ ਦੋਨੇ ਹੀ ਆਪਸ ਵਿੱਚ ਮਿਲੇ। ਦੇਖੋ ਦੇਖੋ, ਮੈਂ ਇਹ ਆਪ ਵਾਲਿਆਂ ਦੇ ਉੱਤੇ ਤੁਸੀਂ ਗੱਲ ਕੀਤੀ ਹੈ, ਮੈਂ ਆਪ ਵਾਲਿਆਂ 'ਤੇ ਗੱਲ ਕਹਿਣਾ ਚਾਹੁੰਦਾ, ਇਹ ਵਿਚਾਰਿਆਂ ਨੂੰ ਮੈਂ ਇਹਨਾਂ ਨੂੰ ਤਵੱਜੋ ਨਹੀਂ ਦਿੰਦਾ। ਪਹਿਲਾਂ ਤਾਂ ਇਹ ਆਪਸ 'ਚ ਹੀ ਰਲ ਜਾਣ, ਇੱਕ ਦੂਜੇ ਨਾਲ ਤਾਂ ਰਲ ਜਾਣ, ਉਹ ਖੈਰ ਆਡ ਝੰਡਾ ਚੱਕੀ ਫਿਰਦਾ ਇੱਧਰ, ਇਹਨਾਂ ਦਾ ਜਿਹੜਾ ਐਲਓਪੀ ਲੀਡਰ ਹੈ ਚੀਮਾ ਉਹ ਅੱਡ ਝੰਡਾ ਚੱਕੀ ਫਿਰਦਾ, ਭਗਵੰਤ ਮਾਨ ਅੱਡ ਫਿਰਦਾ। ਇਹਨਾਂ 'ਚੋਂ ਜੇ 20-22 ਇਕੱਠੇ ਹੋ ਕੇ ਪੰਜਾਬ ਦੀ ਜਨਤਾ ਨੇ ਸਿਆਣਫ ਨਾਲ ਇਹਨਾਂ ਨੂੰ ਜਿਤਾ ਕੇ ਭੇਜਿਆ ਸੀ, ਸੰਧੂ ਸਾਹਿਬ ਉਹਨਾਂ ਦੇ ਮਹਿਮਾਨ ਵੀ ਨਹੀਂ, ਪਰ ਉਹ ਇਹ ਕਹਿ ਰਿਹਾ ਕਿ ਕੈਪਟਨ ਅਮਰਿੰਦਰ ਕੋਈ ਕਾਰਵਾਈ ਨਹੀਂ ਕਰ ਰਹੇ, ਸਿਰ ਵੋਟਾਂ ਦਾ ਲਾਹਾ ਲੈਣ ਲਈ ਕਰ ਰਹੇ। ਉਹਦੇ ਬਈ ਮੈਂ ਪਹਿਲਾਂ ਆਹ ਕੰਪਲੀਟ ਕਰ ਲਾਂ, ਪੰਜਾਬ ਦੇ ਸਿਆਣੇ ਲੋਕਾਂ ਨੇ ਇੱਕ 20-22 ਬੰਦਿਆਂ ਨੂੰ ਜਿਤਾ ਕੇ ਭੇਜਿਆ ਸੀਗਾ, ਬਹੁਤ ਸਿਆਣਫ ਕੀਤੀ ਸੀਗੀ ਔਰ ਇਹਨਾਂ ਨੂੰ ਉੱਥੇ ਨੁਮਾਇੰਦਗੀ ਲਈ ਭੇਜਿਆ ਸੀਗਾ। ਇਹਨਾਂ ਨੇ ਜੋ ਜੁੱਤੋ ਜੁੱਤੀ ਹੋਏ ਨੇ ਆਪਸ, ਸਾਰੀ ਪੰਜਾਬ ਨੇ ਦੇਖਿਆ। ਚਲੋ, ਇਹਨਾਂ ਨੂੰ ਕਿਸੇ ਹੋਰ 'ਤੇ ਕਮੈਂਟ ਕਰਨ ਦੀ ਕੋਈ ਹੱਕ ਨਹੀਂ ਹੈ, ਹੱਕ ਰਿਹਾ ਹੀ ਨਹੀਂ। ਇਹਨਾਂ ਨੇ ਲੋਕਾਂ ਦਾ ਫਤਵਾ, ਲੋਕਾਂ ਦੇ ਇਮਾਨ ਨੂੰ, ਚਲੋ ਤੁਹਾਡੀ ਗੱਲ ਆ ਗਈ ਧਾਰਨੀ ਸਾਹਿਬ। ਧਾਰਨੀ ਸਾਹਿਬ ਸਿੱਧੇ ਤੌਰ 'ਤੇ ਜਿਹੜੇ ਇਹਨਾਂ ਨੇ ਕਿਹਾ ਕਿ ਚਾਹੇ ਬਾਦਲ ਆ ਚਾਹੇ ਦੂਜੇ ਹੈਗੇ, ਜਿਹੜੇ ਵੀ ਦੋਸ਼ੀ ਪਾਏ ਜਾਣਗੇ ਉਹਨਾਂ ਨੂੰ ਜੇਲ੍ਹਾਂ ਦੇ ਅੰਦਰ ਸੁੱਟਾਂਗੇ। ਸਾਡਾ ਪਹਿਲੇ ਦਿਨ ਤੋਂ ਇਹ ਸਟੈਂਡ ਹੈਗਾ ਕਿ ਜਿਹੜਾ ਦੋਸ਼ੀ ਹੋਵੇ, ਚਾਹੇ ਅਸੀਂ ਹੋਈਏ ਜਾਂ ਏ ਹੋਵੇ ਜਾਂ ਬੀ ਹੋਵੇ ਜਾਂ ਸੀ ਹੋਵੇ, ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ, ਉਹਦੇ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਆ, ਉਹਨਾਂ ਨੂੰ ਜਿਹੜਾ ਹੈਗਾ ਅੰਦਰ ਭੇਜਣਾ ਚਾਹੀਦਾ। ਪਰ ਦੂਜੀ ਗੱਲ, ਇਹਦੇ 'ਤੇ
ਪੋਲੀਟੀਕਲ ਵੈਂਡਟਾ ਹੋ ਰਿਹਾ। ਇਸ ਇਲੈਕਸ਼ਨ ਤੱਕ ਇਸ ਮੁੱਦੇ ਨੂੰ ਜਿਉਂਦਾ ਰੱਖਣਾ ਬਹੁਤ ਜ਼ਰੂਰੀ ਸੀ। ਇਹਨਾਂ ਨੇ ਉਸ ਗੱਲ ਦੇ ਵਿੱਚ ਇਹ ਜਿਹੜੇ ਹੈਗੇ ਆ ਫੇਲ ਹੋ ਚੁੱਕੇ ਆ। ਲੋਕ ਸਮਝ ਗਏ ਇਹਨਾਂ ਦੀਆਂ ਚਾਲਾਂ ਨੂੰ ਜੋ ਕੈਪਟਨ ਸਾਹਿਬ ਕਰ ਰਹੇ ਆ, ਬਹੁਤ ਸ਼ਾਤਰ ਗੇਮ ਖੇਡ ਰਹੇ ਆ। ਹੁਣ ਇੱਕ ਨਵੀਂ ਗੱਲ ਇਸ ਚੀਜ਼ ਦਾ ਮੈਂ ਬਾਅਦ ਦੇ ਵਿੱਚ ਜਵਾਬ ਦਿੰਦਾ, ਉਹ ਤੋਂ ਪਹਿਲਾਂ ਮੈਂ ਇੱਕ ਜਵਾਬ ਦਿੰਦਾ। ਇਹਨਾਂ ਨੇ ਇੱਕ ਆਮ ਆਦਮੀ ਦੀ ਗੱਲ ਕਰੀ ਕਿ ਇਹਨਾਂ ਨੂੰ ਤਾਂ ਅਸੀਂ ਤਵੱਜੋ ਹੀ ਨਹੀਂ ਦਿੰਦੇ। ਬੜਾ ਇਹ ਸੋਚਣ ਵੀ ਇਹ ਤਵੱਜੋ ਨਹੀਂ ਦਿੰਦੇ ਜਾਂ ਕੈਪਟਨ ਸਾਹਿਬ ਵੀ ਨਹੀਂ ਤਵੱਜੋ ਦਿੰਦੇ, ਇਹ ਇਕੱਲੇ ਨਹੀਂ ਦਿੰਦੇ ਜਾਂ ਕੈਪਟਨ ਸਾਹਿਬ ਵੀ ਨਹੀਂ ਦਿੰਦੇ। ਸੋਚ ਕੇ ਦੇਖੋ ਹਾਲੇ ਤੱਕ ਉਹਨਾਂ ਦੇ ਟੁੱਟ ਕੇ ਦੋ ਗਏ, ਮਾਨਸ਼ਾਈਆ ਸਾਹਿਬ ਜਿਹਦੇ ਨਾਲ ਕੈਪਟਨ ਸਾਹਿਬ ਜੱਫੀ ਪਾਈ ਖੜੇ ਆ, ਦੂਜੇ ਸੰਧੋਆ ਸਾਹਿਬ ਜਿਹਦੇ ਬਾਰੇ ਢਿੱਲੋਂ ਸਾਹਿਬ ਇਹ ਕਹਿ ਰਹੇ ਆ ਵੀ ਅਸੀਂ ਤਾਂ ਇਹ ਖਤਮ ਕਰਨੇ ਆ। ਢਿੱਲੋਂ ਸਾਹਿਬ ਦੀ ਸਟੇਟਮੈਂਟ ਹੈ ਰੋਪੜ ਤੋਂ ਆਈ ਜੀ। ਇਹ ਇਹਨਾਂ ਦਾ ਕਾਂਗਰਸ ਦਾ ਕਿਰਦਾਰ ਹੈਗਾ ਕਿ ਇਹ ਜਿਹੜਾ ਹੈਗਾ ਉਹਨਾਂ ਬਾਰੇ ਕੀ ਸੋਚ ਰਹੇ ਹੈਗੇ ਆ। ਦੂਜੀ ਗੱਲ ਬੇਅਦਬੀਆਂ ਦੀ ਗੱਲ ਕਰੀਏ, ਦੇਖੋ ਬੇਅਦਬੀਆਂ ਵਾਲੀ ਗੱਲ ਜਿਹੜੀ ਹੈਗੀ ਆ ਇਹ ਇੰਨੀ ਟੈਕਨੀਕਲ ਗੱਲ ਹੈਗੀ ਆ। ਅਸੀਂ ਮੈਂ ਇਸ ਮੰਚ ਤੋਂ ਸਾਰੇ ਹਿੰਦੁਸਤਾਨੀਆਂ ਨੂੰ ਸਾਰੇ ਵਿਦੇਸ਼ 'ਚ ਬੈਠੇ ਲੋਕਾਂ ਨੂੰ ਇਹ ਗੱਲ ਕਹਿ ਰਹੇ ਹਾਂ ਕਿ ਜੇ ਬਾਦਲ ਸਾਹਿਬ ਆਪ ਵੀ ਦੋਸ਼ੀ ਹੋਣਗੇ ਤਾਂ ਅਸੀਂ ਬਿਲਕੁਲ ਕਿਸੇ ਕਿਸਮ ਦੀ ਉਹ ਗੱਲ ਨਹੀਂ ਕਰਾਂਗੇ। ਅਸੀਂ ਕਹਿੰਦੇ ਹਾਂ ਜਿਹੜਾ ਦੋਸ਼ੀ ਹੋਵੇ ਉਸ ਨੂੰ ਸਜ਼ਾ ਮਿਲਣੀ ਚਾਹੀਦੀ। ਤਾਂ ਸਰ ਇਸ ਮੁੱਦੇ 'ਤੇ ਮੈਂ ਜਵਾਬ ਵੀ ਲੈਣਾ ਚਾਹਾਂਗਾ। ਜਿਹੜੇ ਲੋਕ ਉੱਥੇ ਝੰਡੀਆਂ ਵਿਖਾਉਂਦੇ ਆ ਅੱਜ ਵੀ, ਜਿਵੇਂ ਸਰਦੂਰਗੜ੍ਹ ਦੇ ਵਿੱਚ ਜਿਹੜਾ ਵਿਕਰਮ ਜੀਠੀਆਂ ਨੂੰ ਝੰਡੀਆਂ ਦਿਖਾਈਆਂ, ਪਹਿਲਾਂ ਵੀ ਜਿੱਦਾਂ ਇਹਨਾਂ ਨੇ ਕਿਹਾ ਸੀ ਕਿ ਭੁੱਲਰ ਭਾਈਚਾਰੇ ਦੀ ਗੱਲ, ਚਲੋ ਪਹਿਲਾਂ ਵੀ ਇਸ਼ੂ 'ਚ ਆ ਚੁੱਕਿਆ ਹੈ, ਉਹਨਾਂ ਵੱਲੋਂ ਵਿਰੋਧ ਕੀਤਾ ਗਿਆ, ਉਹ ਲੋਕ ਤਾਂ ਕਾਂਗਰਸ ਹੀ ਨਹੀਂ, ਉਹ ਕਿਉਂ ਵਿਰੋਧ ਕਰਦੇ? ਮੈਂ ਦੱਸਦਾ ਜੀ, ਉਹ ਜੇ ਉਹ ਕਾਂਗਰਸ ਹੀ ਨਹੀਂ ਹੈਗੇ ਤਾਂ ਹੋਰ ਵੀ ਬਹੁਤ ਸਾਰੇ ਦਲ ਹੈਗੇ ਆ ਜਿਹਨਾਂ ਨੇ ਬਰਗਾੜੀ ਦੇ ਵਿੱਚ ਮੋਰਚੇ ਲਾਏ ਹੋਏ ਹੈਗੇ ਸੀ ਜੀ। ਉਹਨਾਂ ਦੇ ਵਿੱਚ ਇੱਕ ਬੰਦਾ ਉਹ ਵੀ ਸੀ ਸਰਦਾਰ ਨਾਜਰ ਸਿੰਘ ਮਾਨਸ਼ਾਹੀ ਆ, ਜਿਹੜਾ ਸਭ ਤੋਂ ਮੂਹਰੇ ਐਂ ਕਰਕੇ ਖੜਾ ਸੀ, ਜਿਹੜਾ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਪੈਰ 'ਤੇ ਚੜ ਗਿਆ ਸੀ। ਇਹ ਉਹ ਲੋਕ ਹੈ ਜਿਹਨਾਂ ਨੇ ਇਹਨਾਂ ਲੋਕਾਂ ਦੇ ਉਹੋ ਜਿਹੇ ਬੰਦੇ ਹੈਗੇ ਆ ਜਿਹੜੇ ਕਾਲੀਆਂ ਝੰਡੀਆਂ ਦਿਖਾਉਣ ਵਾਲੇ ਹੈਗੇ ਆ। ਉਹ ਕਾਲੀਆਂ ਝੰਡੀਆਂ ਵਾਲਿਆਂ ਦੀਆਂ ਗਿਣਤੀਆਂ ਤਾਂ ਦੇਖੋ ਨਾ ਕਿੰਨੀਆਂ, ਜਦ ਤੁਹਾਡੇ ਕੈਮਰੇ ਦੇ ਸਾਹਮਣੇ ਉਹ ਆਉਂਦੇ ਆ ਕਿਤੇ 6 ਹੁੰਦੇ ਆ ਕਿਤੇ 8 ਹੁੰਦੇ। ਚਲੋ ਹਰ ਬੰਦੇ ਨੂੰ ਰਾਈਟ ਹੈਗਾ, ਹਰ ਬੰਦਾ ਆਪਣਾ ਜਿਹੜਾ ਹੈਗਾ ਰਾਈਟ ਦੀ ਗੱਲ ਉਹ ਕਰਦਾ ਹੈਗਾ ਜੀ ਜੀ, ਵਰਤੋਂ ਕਰਦਾ ਹੈਗਾ, ਪਰ ਅਸੀਂ ਕਿਸੇ ਦੇ ਚਪੇੜਾਂ ਤਾਂ ਨਹੀਂ ਮਾਰੀਆਂ, ਵਿਰੋਧ ਵੀ ਕੀਤਾ ਜਾਂਦਾ ਯੋਜਨਾਬੱਧ ਢੰਗ ਨਾਲ, ਗਤੀਮਿਤੀ ਸਾਜਿਸ਼ ਦੇ ਨਾਲ ਹੁੰਦਾ ਸਿੱਧੇ ਤੌਰ 'ਤੇ ਜਿਹੜਾ ਹੈਗਾ। ਇਹਦੇ ਲਈ ਜੇ ਗੱਲ ਕਰਨੀ ਤਾਂ ਕੈਪਟਨ ਅਮਰਿੰਦਰ ਨੇ ਹੁਣ ਤੱਕ ਕਾਰਵਾਈ ਕਿਉਂ ਨਹੀਂ ਕੀਤੀ, ਫਾਂਸੀ ਚੜਾ ਸਕਦੇ ਸੀ? ਨਹੀਂ ਦੇਖੋ, ਇਹ ਤਾਂ ਅਜੇ ਕਾਨੂੰਨੀ ਪ੍ਰਕਿਰਿਆ ਫੋਲੋ ਹੁੰਦੇ ਹੋਏ ਵੀ ਇਹ ਰੌਲਾ ਪਾਉਂਦੇ ਨੇ ਵੀ ਪੋਲੀਟੀਕਲ ਵੈਂਡੇਟਾ ਹੋ ਰਿਹਾ। ਜੇ ਅਸੀਂ ਪ੍ਰੋਸੈਸ ਫੋਲੋ ਕਰ ਰਹੇ, ਬਕਾਇਦਾ ਇੱਕ ਕਿਸੇ ਸਿੰਗਲ ਅਫਸਰ ਦੇ ਕਮਾਂਡ 'ਚ ਨਹੀਂ ਹੈਗਾ, ਦੇਰ ਇਜ਼ ਅ ਕਲੈਕਟਿਵ SIT ਜਿਹਦੇ ਵਿੱਚ 5 ਜਾਂ 7 ਅਫਸਰ ਲਾਏ ਹੋਏ ਨੇ, ਔਰ ਉਹ 5-7 ਅਫਸਰ ਐਸੇ ਨੇ ਜਿਨ੍ਹਾਂ ਦੀ ਇਮਾਨਦਾਰੀ ਔਰ ਜਿਨ੍ਹਾਂ ਦੀ ਇੰਟੈਗ੍ਰਿਟੀ ਦੇ ਉੱਤੇ ਕੋਈ ਸ਼ੱਕ ਨਹੀਂ ਕਰ ਸਕਦਾ ਇਹ ਰੌਲਾ ਪਾਉਣ ਨੂੰ ਪਾਈ ਜਾਣ। ਹੁਣ ਜੇ ਇਹ ਐਡੇ ਦੁੱਧ ਦੇ ਧੋਤੇ ਸੀਗੇ, ਪਾਕ ਸਾਫ਼ ਸੀਗੇ, ਅਤੇ ਇਹ ਇਲੈਕਸ਼ਨ ਕਮਿਸ਼ਨ ਕੋਲ ਜਾ ਕੇ BJP ਤੋਂ IG ਸਾਹਿਬ ਨੂੰ ਬਦਲਾ ਕੇ ਆਏ ਨੇ? ਇਹਨਾਂ ਨੂੰ ਜੇ ਐਡੇ ਹੀ ਪਾਕ ਸਾਹਿਬ ਸੀਗੇ, ਬਾਦਲ ਸਾਹਿਬ ਬੜੇ ਬੜੇ ਸੀਨੀਅਰ ਲੀਡਰ ਨੇ, ਔਰ ਜੇ ਉਹਨਾਂ ਨੂੰ ਇੰਨਾ ਹੀ ਆਪਣੇ ਆਪ 'ਤੇ ਵਿਸ਼ਵਾਸ ਸੀਗਾ ਵੀ ਮੈਂ ਬਿਲਕੁਲ ਸਾਫ਼ ਹੈ, ਅਤੇ ਇਹ ਤਾਂ ਇਹਨਾਂ ਦੀ ਡੈਲੀਗੇਸ਼ਨਾਂ ਨੇ ਉਹਨਾਂ ਦਾ ਦਰਵਾਜ਼ਾ ਨਹੀਂ ਛੱਡਿਆ ਹੈਗਾ, ਇਲੈਕਸ਼ਨ ਕਮਿਸ਼ਨ ਦਾ, ਗਵਰਨਰ ਦਾ, ਪਲਾਨੇ ਦਾ, ਜਿੱਥੇ ਜਿੱਥੇ ਜਾ ਸਕਦੇ ਜਿੱਥੇ ਜਿੱਥੇ ਜਾ ਸਕਦੇ ਸੀ ਉੱਥੇ ਉੱਥੇ ਜਾ ਕੇ ਇਹਨਾਂ ਨੇ ਕਿਹਾ ਵੀ ਕਿਸੇ ਤਰੀਕੇ 20 ਦਿਨ ਲਗਾ ਦਿਓ ਵੀ ਸਾਡੇ ਇਹਨੂੰ ਬਦਲੋ ਜੀ, ਇਹਨੂੰ ਬਦਲੋ ਜੀ, ਇਹ ਸਾਨੂੰ ਹੈਗਾ ਵਿਸ਼ਵਾਸ ਹੈਗਾ ਆਪਣੇ ਆਪ 'ਤੇ। ਵਿਰੋਧੀ ਧਿਰ ਵੱਲੋਂ ਕਿਹਾ ਜਾ ਰਿਹਾ ਕਿ ਜਿਸ ਤਰੀਕੇ ਨਾਲ ਬਦਲੀ ਕੀਤੀ ਗਈ ਹੈ, ਜਿਸ ਤਰੀਕੇ ਨਾਲ ਜਿਹੜਾ ਹੈਗਾ ਚੋਣ ਕਮਿਸ਼ਨ ਦੀ ਵਰਤੋਂ ਕੀਤੀ ਗਈ, ਉਹ ਸਾਰੇ ਮਾਮਲੇ ਦੱਸਦੇ ਆ ਕਿ ਅਕਾਲੀ ਦਲ ਦੇ ਪਿਛੋਕੜ 'ਚ ਹੀ ਸਾਰਾ ਕੁਝ ਹੋਇਆ। ਨਹੀਂ ਬਿਲਕੁਲ, ਮੈਂ ਤੁਹਾਨੂੰ ਉਹਦਾ ਜਵਾਬ ਦਿੰਦਾ। 5 ਮੈਂਬਰ SIT ਦੇ ਹੈਗੇ ਆ, ਉਹਦਾ ਹੈੱਡ ਹੈਗਾ ਪ੍ਰਮੋਦ ਬੰਦ, ਠੀਕ ਹੈ ਜੀ। ਜੇ ਕੋਈ SIT ਦੀ ਕੋਈ ਕਾਰਵਾਈ ਚੱਲਦੀ ਹੈਗੀ ਆ ਅੰਡਰ ਦਾ CRPC, ਦੈਟ ਇਜ਼ ਇੰਟਾਇਰਲੀ ਸੀਕਰੇਟ ਡਾਕੂਮੈਂਟ। ਮੈਂ ਤੁਹਾਨੂੰ ਤੁਹਾਡੇ ਗਿਆਨ ਲਈ ਇੱਥੇ ਤੱਕ ਦੱਸ ਦਵਾਂ, ਬਿਫੋਰ ਪ੍ਰਜੈਂਟੇਸ਼ਨ ਆਫ ਚਲਾਣ ਯੂ ਕੈਨ ਨਾਟ ਅਪਲਾਈ ਅੰਡਰ RTI Act, ਡਾਕੂਮੈਂਟ ਨਹੀਂ ਤੁਹਾਨੂੰ ਮਿਲ ਸਕਦਾ। ਕੈਪਟਨ ਅਮਰਿੰਦਰ ਸਿੱਧੇ ਤੌਰ 'ਤੇ ਕਹਿ ਰਹੇ ਆ ਕਿ ਬਾਦਲ ਹੈ, ਜਿਹੜੇ ਵੀ ਦੋਸ਼ੀ ਹੈਗੇ ਬਖਸ਼ੇ ਨਹੀਂ ਜਾਣਗੇ। ਅਸੀਂ ਵੀ ਕਹਿੰਦੇ ਵੀ ਬਿਲਕੁਲ ਨਾ ਬਖਸ਼ਿਓ, ਅਸੀਂ ਨਹੀਂ ਕਹਿੰਦੇ ਵੀ ਬਖਸ਼ੋ ਕਿਸੇ ਨੂੰ। ਮੈਂ ਕਹਿੰਦਾ ਕਿ ਸਿੱਟ ਦਾ ਇੱਕ ਮੈਂਬਰ, 1 of the Member, ਉਹਦੀ ਕੀ ਇੰਟਰਸਟ ਹੈਗਾ ਸੀ, ਵਾਈ ਹੀ ਇਜ਼ ਟਾਈਮਲੀ ਕਮਿੰਗ ਬਿਫੋਰ ਦਾ ਆਪਣਾ ਜਿਹੜਾ ਹੈਗਾ ਮੀਡੀਆ, ਕਿਉਂ ਵਾਰ ਵਾਰ ਉਹ ਬਿਆਨ ਦੇਣ ਵਾਸਤੇ ਮੀਡੀਆ ਦੇ ਸਾਹਮਣੇ ਆ ਰਿਹਾ? ਇਹਦਾ ਮਤਲਬ ਇਹ ਹੈਗਾ ਕਿ ਬੜੇ ਹੀ ਤਰੀਕੇ ਦੇ ਨਾਲ ਉਹ ਜਿਹੜਾ ਹੈਗਾ ਪੋਲੀਟੀਕਲ ਗੇਮ ਖੇਡ ਰਹੇ ਆ। ਅਦਰਵਾਈਜ਼ ਮੈਨੂੰ ਇੱਕੋ ਦੱਸੋ, ਮੈਨੂੰ ਇਹ ਦੱਸੋ ਵੀ ਅੰਡਰ CRPC
ਕਿ ਕਿਸੇ ਬੰਦੇ ਨੂੰ ਇਨਵੈਸਟੀਗੇਸ਼ਨ ਜਿਹੜੀ ਹੈਗੀ ਡਿਸਕਲੋਜ਼ ਕਰਨ ਦਾ ਰਾਈਟ ਹੈਗਾ। ਨੰਬਰ 2 ਤੁਸੀਂ ਪਹਿਲੀ ਸੀਆਰਪੀਸੀ ਦੇ ਗੱਲਾਂ ਕਰਦੇ ਹੋ, ਸੀਆਰਪੀਸੀ ਦੇ ਗੱਲਾਂ ਕਰਦੇ ਹੋ, ਤੁਸੀਂ ਜੋਰਾ ਸਿੰਘ ਕਮਿਸ਼ਨ ਬਣਾਈ ਸੀ ਉਹਨੂੰ ਪੜ੍ਹ ਤਾਂ ਲੈਂਦੇ ਹੋ, ਤੁਸੀਂ ਤੁਸੀਂ ਗੁਰੂ ਦੇ ਇੰਨੇ ਭਗਤ ਹੋ, ਗੁਰੂ ਦੀ ਬੇਅਦਬੀਆ ਦੇ ਮਾਮਲੇ ਤੁਸੀਂ ਜੋਰਾ ਸਿੰਘ ਕਮਿਸ਼ਨ ਬਣਾਈ, ਸੀਆਰਪੀਸੀ ਦੇ ਗੱਲਾਂ ਕਰਦੇ ਹੋ, ਤੁਸੀਂ ਤੁਸੀਂ ਕਮਿਸ਼ਨ ਦੀ ਰਿਪੋਰਟ ਕਿਉਂ ਨਹੀਂ ਪੜ੍ਹੀ, ਮੈਨੂੰ ਬੋਲਣ ਦਿਓ, ਆਪਣੀ ਬਣਾਈ ਆਪ ਕਿਉਂ ਨਹੀਂ ਪੜ੍ਹੀ। ਸਰ ਗੱਲ ਆ ਗਈ ਬਿਲਕੁਲ ਇੱਕ ਲਾਈਨ ਦਾ ਕਮਿਸ਼ਨ ਮੈਂ ਚਾਹਾਂਗਾ, ਉਹ ਇਹ ਚਾਹਾਂਗਾ ਕਿ ਬੇਅਦਬੀ ਦੇ ਮੁੱਦਿਆਂ ਦਾ ਮਾਲਵੇ ਦੀ ਜਿਹੜੀ ਸੀਟਾਂ ਬਠਿੰਡਾ ਦੀ ਗੱਲ ਕਰ ਲਈਏ, ਫਿਰੋਜ਼ਪੁਰ ਦੀ ਗੱਲ ਕਰ ਲਈਏ, ਕੋਈ ਅਸਰ ਹੋਏਗਾ ਜਾਂ ਨਹੀਂ? ਬਿਲਕੁਲ ਨਹੀਂ ਹੁੰਦਾ, ਨਹੀਂ ਇਹਨਾਂ ਦੀ ਭਾਵਨਾ ਨੂੰ ਉਹ ਲੋਕ ਸਮਝ ਚੁੱਕੇ। ਥੈਂਕ ਯੂ ਵੈਰੀ ਮੱਚ ਸੰਧੂ ਸਾਹਿਬ, ਕੀ ਲੱਗਦਾ ਇੰਪੈਕਟ ਹੋਏਗਾ ਬੇਅਦਬੀ ਦਾ? ਦੇਖੋ ਇੱਕ ਲਾਈਨ ਦਾ ਕਮੈਂਟ ਮੈਂ, ਅਸੀਂ ਕੋਈ ਸਿਆਸਤ ਬੇਅਦਬੀ ਤੇ ਨਹੀਂ ਕਰ ਰਹੇ, ਲੋਕਾਂ ਦਾ ਫੈਸਲਾ ਲੋਕਾਂ ਦੀ ਕਚਹਿਰੀ 'ਚ, ਚਲੋ ਲੋਕਾਂ ਨੇ ਫੈਸਲਾ। ਥੈਂਕ ਯੂ ਵੈਰੀ ਮੱਚ। ਬਠਿੰਡਾ ਅਤੇ ਫਿਰੋਜ਼ਪੁਰ 'ਚ ਅਕਾਲੀ ਦਲ ਦੀ ਲੀਡਰਸ਼ਿਪ ਦਾ ਭਵਿੱਖ ਦਾਅ ਤੇ ਲੱਗ ਚੁੱਕਾ। ਕਿਸੇ ਸਮੇਂ ਬਾਦਲਾਂ ਦਾ ਗੜ ਮੰਨੇ ਜਾਂਦੇ ਮਾਲਵੇ 'ਚ ਬਾਦਲ ਘਿਰਦੇ ਨਜ਼ਰ ਆ ਰਹੇ ਹਨ। ਇਹ ਵੱਖਰੀ ਗੱਲ ਹੈ ਕਿ ਅੰਤਿਮ ਫੈਸਲਾ ਪੰਜਾਬੀਆਂ ਦੇ ਹੱਥ ਹੈ। ਇਹਨਾਂ ਮੁੱਦਿਆਂ 'ਤੇ ਆਉਣ ਲਈ ਮੈਂ ਆਪਣੇ ਮਹਿਮਾਨਾਂ ਦਾ ਧੰਨਵਾਦੀ ਹਾਂ। ਦਰਸ਼ਕ ਬਣੇ ਰਹਿਣਗੇ ਸਾਡੇ ਪ੍ਰੋਗਰਾਮਾਂ ਦੇ ਨਾਲ। ਮਨੋਰੰਜਨ ਭਰਪੂਰ ਜਾਣਕਾਰੀ ਲਈ ਸਾਡੇ ਚੈਨਲ ਪੰਜਾਬੀ ਦੇ ਆਫੀਸ਼ੀਅਲ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਸਭ ਤੋਂ ਪਹਿਲਾਂ ਵੀਡੀਓ ਦੇਖਣ ਲਈ ਬੈਲ ਆਈਕਨ ਵਾਲੇ ਬਟਨ 'ਤੇ ਕਲਿੱਕ ਕਰੋ।